ਸਾਤਸਰੀਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਭਾਰਤ ਅਤੇ ਦੁਨੀਆ ਪਰਦੇਸ ਖਾਸ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਪੰਜਾਬ ਦੀਆਂ ਵੱਡੀਆਂ ਖਬਰਾਂ ਸ਼ੁਰੂਆਤ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਮੌਨਸੂਨ ਨੂੰ ਲੈ ਕੇ ਵੱਡੀ ਭਵਿੱਖਬਾਣੀ ਆਈ ਹੈ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਕਲਾਈਮੇਟ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਵਾਰੀ ਮੌਨਸੂਨ ਨਾਰਮਲ ਰਹੇਗਾ ਏਜੰਸੀ ਨੇ ਮੌਨਸੂਨ ਸੀਜ਼ਨ ਦੇ ਵਿੱਚ 102 ਫੀਸਦੀ ਮੀਂਹ ਰੈਣ ਦੀ ਸੰਭਾਵਨਾ ਜਤਾਈ ਹੈ ਜ ਮੌਨਸੂਨ ਵਿੱਚ ਆਸਤਾ 868.6 ਮਿਲੀਮੀਟਰ ਮੀ ਪਵੇਗਾ ਪੰਜਾਬ ਦੇ ਮੌਸਮ ਦੀ ਗੱਲ ਕਰ ਲਈਏ ਤਾਂ ਪਹਿਲਾਂ ਤਾਂ 14 ਅਪ੍ਰੈਲ ਨੂੰ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਪਰ ਹੁਣ ਇੱਕ ਦਿਨ ਪਹਿਲਾਂ ਹੀ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਵੀ ਬੱਦਲ ਛਾਇਆ ਰਹਿਣ ਦੀ ਭਵਿੱਖਬਾਣੀ ਆ ਗਈ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਘੱਟੋ ਘੱਟ ਤਾਪਮਨ ਵਿੱਚ 0.4 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਬਰਨਾਲਾ ਦੇ ਵਿੱਚ ਸਭ ਤੋਂ ਘੱਟ 13 ਡਿਗਰੀ ਤਾਪਮਨ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਧ 17.5 ਡਿਗਰੀ ਤਾਪਮਨ ਰਿਹਾ ਹਰਿਆਣਾ ਦੇ ਵਿੱਚ ਵੀ ਘੱਟੋ ਘੱਟ ਤਾਪਮਨ ਅੱਜ 0.4 ਡਿਗਰੀ ਹੇਠਾਂ ਆਇਆ ਹੈ ਸਭ ਤੋਂ ਘੱਟ ਤਾਪਮਨ ਕਰਨਾਲ ਦਾ 13 ਡਿਗਰੀ ਰਿਹਾ ਜਦਕਿ ਜਦ ਕਿ ਸਭ ਤੋਂ ਵੱਧ ਮਹਿੰਦਰਗੜ੍ਹ ਤੇ ਮਹਿਬਾਤ ਦਾ 20 ਡਿਗਰੀ ਰਿਹਾ ਹਿਮਾਚਲ ਦੇ ਵਿੱਚ ਵੀ ਹੁਣ 14 ਦੀ ਥਾਂ 11 ਅਪ੍ਰੈਲ ਤੋਂ ਬੱਦਲ ਛਾਇ ਰਹਣ ਦੀ ਭਵਿੱਖਬਾਣੀ ਕੀਤੀ ਗਈ ਹੈ 15 ਅਪ੍ਰੈਲ ਤੱਕ 4 ਦਿਨ ਸੂਬੇ ਦੇ ਵਿੱਚ ਮੀਂਹ ਪਵੇਗਾ ਮੱਧ ਪ੍ਰਦੇਸ਼ ਦੇ ਵਿੱਚ ਅੱਜ ਦੂਸਰੇ ਦਿਨ ਵੀ ਮੀਂਹ ਪੈਂਦਾ ਰਿਹਾ ਅਗਲੇ 7-8 ਦਿਨ ਹਨੇਰੀ ਦੇ ਨਾਲ ਮੀਂਹ ਦਾ ਅਲਰਟ ਹੈ ਸੂਬੇ ਦੇ 42 ਜ਼ਿਲ੍ਹਿਆਂ ਦੇ ਵਿੱਚ ਮੀਂਹ ਪਵੇਗਾ 4 ਜ਼ਿਲ੍ਹਿਆਂ ਵਿੱਚ ਗੜੇ ਮਾਰੀ ਦੀ ਵੀ ਭਵਿੱਖਬਾਣੀ ਹੈ ਮੌਸਮ ਵਿਭਾਗ ਮੁਤਾਬਕ ਦਾ احساس ਹੋਵੇਗਾ ਮੱਧ ਪ੍ਰਦੇਸ਼ ਦਾ ਮੌਸਮ ਇਹਨਾਂ 2 ਮਹੀਨਿਆਂ ਦੇ ਵਿੱਚ ਮਾਰਚ ਅਤੇ ਅਪ੍ਰੈਲ ਦੇ ਵਿੱਚ ਬਹੁਤੀ ਹੈਰਾਨੀਜਨਕ ਤਰੀਕੇ ਨਾਲ ਬਦਲ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਚਾਰ ਅਹਿਮ ਫੈਸਲੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਸਿੱਖ ਸੰਗਤ ਦੇ ਲਈ ਆਦੇਸ਼ ਨੇ ਤੇ ਇੱਕ ਸਰਕਾਰ ਦੇ ਲਈ ਤਾੜਨਾ ਹੈ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਲਈ। ਕਿਹੜੇ-ਕਿਹੜੇ ਸੰਗਤ ਦੇ ਲਈ ਆਦੇਸ਼ ਨੇ ਉਹ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਤੋਂ ਬਾਅਦ ਦੱਸੇ ਗਏ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਪਹਿਲਾ ਆਦੇਸ਼ ਹੈ ਕਿ ਸਿੰਘ ਸਹਿਬਾਨਾਂ ਦੀ ਖੇਡਿੰਗ ਵਿੱਚ ਖਾਲਸਾ ਸਾਜਨਾ ਦਿਵਸ ਦੇ 325 ਸਾਲ ਪੂਰੇ ਹੋਣ ਤੇ 13 April 2024 ਨੂੰ ਹਰ ਸਿੱਖ ਨੂੰ ਘਰਾਂ ਤੇ ਖਾਲਸਾਈ ਨਿਸ਼ਾਨ ਚਲਾ ਕੇ ਖਾਲਸਾਈ ਜਾਹੋ ਜਲਾਲ ਦਾ ਪ੍ਰਗਟਾਵਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਸਾਰੀ ਕੌਮ ਨੂੰ ਇਕੱਠੇ ਰਹਿ ਕੇ ਇਕਜੁੱਟ ਹੋ ਕੇ ਅਗਿਆਨਤਾ ਰੂਪੀ ਆਤਮਿਕ ਧੁੰਦੂਕਾਰੇ ਚੋਂ ਬਾਹਰ ਨਿਕਲ ਕੇ ਅਮਰਤਾਰੀ ਹੋਣ ਦਾ ਵੀ ਸੁਨੇਹਾ ਭੇਜਿਆ ਗਿਆ ਹੈ ਦੂਸਰਾ ਸੰਗਤ ਦੇ ਲਈ ਸੁਨੇਹਾ ਹੈ ਆਦੇਸ਼ ਹੈ ਕਿ 13 April ਨੂੰ ਹੀ ਖਾਲਸਾ ਸਿਰਜਣਾ ਦਿਵਸ ਵਾਲੇ ਦਿਨ ਤੜਕੇ 9 ਵਜੇ ਸੰਸਾਰ ਭੱਧੇ ਵਿੱਚ ਵੱਸਦਾ ਹਰੇਕ ਸਿੱਖ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਲਈ 5 ਮਿੰਟ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰੇ ਤੀਸਰਾ ਆਦੇਸ਼ ਹੈ ਕਿ ਜੂਨ 1984 ਦੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰੂ ਘਰਾਂ ਤੇ ਸਮੇਂ ਦੀ ਭਾਰਤੀ ਹਕੂਮਤ ਦੇ ਵੱਲੋਂ ਜਿਹੜੇ ਫੌਜੀ ਹਮਲੇ ਕੀਤੇ ਗਏ ਸਨ ਉਸ ਦੇ 40 ਸਾਲ ਪੂਰੇ ਹੋਣ ਤੇ 6 ਜੂਨ 2024 ਨੂੰ ਕੱਲੂ ਘਰਾ ਦਿਵਸ ਬਣਾਇਆ ਜਾਵੇਗਾ ਉਸ ਮੌਕੇ ਆਪੋ ਆਪਣੇ ਨੇੜਲੇ ਗੁਰੂ ਘਰਾਂ ਦੇ ਵਿੱਚ ਸ਼ਹੀਦੀ ਸਮਾਗਮ ਉਲੀਕੇ ਜਾਣ ਗੁਰਬਾਣੀ ਦੇ ਜਾਪ ਕੀਤੇ ਜਾਣ ਦੀਵਾਨ ਲਾ ਕੇ ਨਵੀਂ ਪੀੜੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਜਾਵੇ ਇਹ ਸਾਰੇ ਸਿੱਖ ਕ ਦੇ ਲਈ ਸਿੰਘ ਸਾਹਿਬਾਨਾਂ ਦਾ ਆਦੇਸ਼ ਹੈ ਚੌਥਾ ਆਦੇਸ਼ ਸਰਕਾਰ ਨੂੰ ਤਾੜਨਾ ਹੈ ਇਹਦੇ ਵਿੱਚ ਕਿਹਾ ਗਿਆ ਹੈ ਕਿ 7 April ਨੂੰ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਕੁਝ ਹੋਰ ਸਿੰਘਾਂ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੋ ਬਹੁਤ ਮੰਦਪਾਗਾ ਹੈ ਨਗਰ ਕੀਰਤਨ ਸਿੱਖ ਪਰੰਪਰਾ ਦਾ ਹਿੱਸਾ ਹੈ ਨਗਰ ਕੀਰਤਨ ਨੂੰ ਰੋਕ ਕੇ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਨਾ ਸਿੱਖ ਪਰੰਪਰਾਵਾਂ ਤੇ ਇੱਕ ਵੱਡਾ ਹਮਲਾ ਹੈ ਤੇ ਪੰਜਾਬ ਸਰਕਾਰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਵੇ ਇਹ ਚਾਰ ਫੈਸਲੇ ਸਿੰਘ ਸਹਿਬਾਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਕੀਤੀ ਗਈ ਮੀਟਿੰਗ ਦੇ ਵਿੱਚ ਲਏ ਗਏ ਨੇ ਨੰਬਰ 2 ਮਿਤੀ 13 ਅਪ੍ਰੈਲ 2024 ਨੂੰ ਖਾਲਸਾ ਸਾਜਣਾ ਦਿਵਸ ਬਸਾਖੀ ਵਾਲੇ ਦਿਨ ਸਵੇਰੇ 9 ਵਜੇ ਸੰਸਾਰ ਭਰ ਵਿੱਚ ਵੱਸਦਾ ਹਰ ਸਿੱਖ ਸਮੂਹਵੰਦੀ ਸਿੰਘਾਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ 5 ਮਿੰਟ ਮੋਲ ਮੰਤਰ ਗੁਰਮੰਤਰ ਦਾ ਜਾਪ ਕਰਕੇ ਗੁਰੂ ਚਰਣਾ ਵਿੱਚ ਅਰਦਾਸ ਕਰੇ ਜੋਨ 1984 ਦੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਤਸਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਾ ਸਹਿਬਾਨ ਤੇ ਭਾਰਤ ਸਰਕਾਰ ਵੱਲੋਂ ਕੀਤੇ ਫੌਜੀ ਹਮਲੇ ਦੇ 40 ਸਾਲ ਪੂਰੇ ਹੋਣ ਤੇ ਹੋਣ ਮੌਕੇ ਪੂਰੀ ਕੌਮ ਮਿਤੀ 6 ਜੂਨ 2024 ਨੂੰ ਆਪੋ ਆਪਣੇ ਨੇੜ ਦੇ ਗੁਰੂ ਘਰਾਂ ਵਿੱਚ ਸ਼ਹੀਦੀ ਸਮਾਗਮ ਉਲੀਕੇ ਗੁਰਬਾਣੀ ਦੇ ਜਾਪ ਕੀਤੇ ਜਾਣ ਅੱత్య ਦਿਵਾਨ ਲਗਾ ਕੇ ਨਵੀਂ ਪੀੜ੍ਹੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸਰਵਨ ਕਰਵਾਈ ਜਾਏ ਮਿਥੇ 7 April 2024 ਲੋਕ ਸਭਾ ਚੋਣ ਦੰਗਲ ਦੇ ਨਾਲ ਜੁੜੀਆਂ ਸਾਰੀਆਂ ਵੱਡੀਆਂ ਸਰਗਰਮੀਆਂ ਤੁਹਾਨੂੰ ਦੱਸਦਣੇ ਆ ਕਿ ਮੰਗਲਵਾਰ ਨੂੰ ਕੀ ਕੀ ਹੋਇਆ ਕੇਂਦਰ ਸਰਕਾਰ ਨੇ ਸੰਭਾਵੀ ਖਤਰਿਆਂ ਦੇ ਮੱਦੇਨਜ਼ਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਹਥਿਆਰਬੰਦ ਕਮਾਂਡੋਜ਼ ਦੀ Z ਸ਼੍ਰੇਣੀ ਦੀ VIP ਸੁਰੱਖਿਆ ਦਿੱਤੀ ਹੈ ਪਤਾ ਲੱਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ CRPF ਦੇ 40 ਤੋਂ 45 ਕਰਮਚਾਰੀਆਂ ਦੀ ਟੁਕੜੀ ਸੁਰੱਖਿਆ ਦੇ ਲਈ ਮੁੱਖ ਚੋਣ ਕਮਿਸ਼ਨਰ ਦੇ ਨਾਲ ਤੈਨਾਤ ਕਰ ਦਿੱਤੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਇੱਕ ਵਫ਼ਦ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਚੋਣ ਕਮਿਸ਼ਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਲਾਈ ਹੈ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 6 ਅਪ੍ਰੈਲ ਨੂੰ ਜਦੋਂ ਪੰਜਾਬ ਬਚਾਓ ਯਾਤਰਾ ਜਿਹੜੇ ਸੁਖਬੀਰ ਬਾਦਲ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਰਾਏਕੋਟ ਪਹੁੰਚੀ ਸੀ ਤਾਂ ਸੁਖਬੀਰ ਬਾਦਲ ਨੇ ਬੱਚਿਆਂ ਤੋਂ ਅਕਾਲੀ ਦਲ ਦੇ ਹੱਕ ਵਿੱਚ ਨਾਰੇ ਲਵਾਏ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰਵਾਈ ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ ਜੀਮਾ ਨੇ ਕਿਹਾ ਕਿ ਅਕਾਲੀ ਦਲ ਆਪਣੀ ਹਾਰ ਤੋਂ ਬੁਖਲਾ ਕੇ ਜਈਆਂ ਹਰਕਤਾਂ ਕਰ ਰਿਹਾ ਹੈ ਉੱਥੇ ਕਿਹਾ ਗਿਆ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ ਇਹ ਨਾਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਤੋਂ ਏ ਨਾਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਬੱਚਿਆਂ ਦਾ ਦੁਰਉਪਯੋਗ ਹੋਇਆ ਦੇਸ਼ ਦਾ ਕਾਨੂੰਨ ਜਾਣਦਾਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜੀ ਦੀ ਉਮਰ 18 ਸਾਲ ਤੋਂ ਘੱਟ ਆ ਜਿਹੜਾ ਬਾਲਗ ਨਹੀਂ ਹੋਇਆ ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ ਇਹ ਮਾਡਲ ਕੋਡ ਆਫ ਕੰਡਕਟ ਕਹਿੰਦਾਗਾ ਸਾਡੇ ਸੰਵਿਧਾਨ ਦੀਆਂ ਧਾਰਾਵਾਂ ਕਹਿੰਦੀਆਂ ਨੇਗੀਆਂ ਕਿ ਤੁਸੀਂ ਉਹਨਾਂ ਬੱਚਿਆਂ ਤੋਂ ਕੰਪੇਨ ਨਹੀਂ ਕਰਾ ਸਕਦੇ। ਅਕਾਲੀ ਦਲ ਨੇ ਵੀ ਆਵਾਜ਼ ਆਦਮੀ ਪਾਰਟੀ ਦੀ ਇਸ ਕਾਰਵਾਈ ਦਾ ਜਵਾਬ ਦਿੱਤਾ ਹੈ। ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਬੱਚੇ ਮਨ ਦੇ ਸੱਚੇ ਹੁੰਦੇ ਨੇ। ਅਸੀਂ ਆਪਣੇ ਬੱਚਿਆਂ ਨੂੰ ਗਲ ਨਾਲ ਲਾਉਂਦੇ ਆ। ਪੰਜਾਬ ਚਾਹ ਯਾਤਰਾ ਵਿੱਚ ਹਰ ਉਮਰ ਤੇ ਹਰ ਵਰਗ ਦੇ ਲੋਕ ਸ਼ਾਮਿਲ ਹੋ ਰਹੇ ਨੇ। ਹਰਪਾਲ ਜੀਮਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚਾਈਲਡ ਲੇਬਰ ਕਿਸ ਨੂੰ ਕਹਿੰਦੇ ਨੇ। ਦਰਅਸਲ ਚੋਣ ਕਮਿਸ਼ਨ ਨੇ ਇਸ ਵਾਰੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਖਤ ਤਾੜਨਾ ਕੀਤੀ ਹੋਈ ਹੈ ਕਿ ਚੋਣਾਂ ਦੇ ਦੌਰਾਨ ਕੋਈ ਵੀ ਸਿਆਸੀ ਪਾਰਟੀ ਜਾਂ ਲੀਡਰ ਆਪਣੇ ਪੋਸਟਰਾਂ ਤੇ ਰੈਲੀਆਂ ਦੇ ਵਿੱਚ ਪ੍ਰਚਾਰ ਲਈ ਹਾਂ ਤਾਂ ਬੱਚਿਆਂ ਦੀ ਤਸਵੀਰ ਦੀ ਵਰਤੋਂ ਕਰ ਸਕਦੇ ਨੇ ਤੇ ਨਾ ਹੀ ਬੱਚਿਆਂ ਨੂੰ ਸਟੇਜ ਤੇ ਲਿਆ ਕੇ ਉਹਨਾਂ ਤੋਂ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਕਰਵਾ ਸਕਦੇ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਹੁਣ ਤੱਕ ਸਿਰਫ ਆਮ ਆਦਮੀ ਪਾਰਟੀ ਭਾਜਪੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਹੀ ਕੁਝ ਕੁ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਕਾਂਗਰਸ ਅਤੇ ਅਕਾਲੀ ਦਲ ਦੀ ਸੂਚੀ ਨੂੰ ਪਹਿਲੀ ਸੂਚੀ ਨੂੰ ਹੀ ਹਾਲੇ ਤੱਕ ਢੀਕਿਆ ਜਾ ਰਿਹਾ ਹੈ ਪਤਾ ਲੱਗਿਆ ਕਿ ਕਾਂਗਰਸ ਨੇ ਆਪਣੀ ਪਹਿਲੀ ਸੂਚੀ ਤਿਆਰ ਕਰ ਲਈ ਹੈ ਜਿਸ ਨੂੰ ਕੱਲ ਨੂੰ ਜਾਰੀ ਕੀਤਾ ਜਾ ਸਕਦਾ ਹੈ ਬੁੱਧਵਾਰ ਨੂੰ ਜਾਰੀ ਕੀਤਾ ਜਾ ਸਕਦਾ ਹੈ ਪਾਰਟੀ ਸੀਨੀਅਰ ਲੀਡਰਾਂ ਨੇ ਦਿੱਲੀ ਦੇ ਵਿੱਚ ਡੇਰੇ ਲਾਏ ਹੋਏ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਹਿੰਦੇ ਨਵੀਂ ਸੂਚੀ ਤਿਆਰ ਕੀਤੀ ਹੈ। ਇੱਧਰ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਨਾ ਸੀਨੀਅਰ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਐਲਾਨ ਕੀਤਾ ਕਿ ਦਿੱਲੀ ਦੇ ਵਿੱਚ ਜਿਹੜਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ ਕਾਂਗਰਸ ਦੇ ਵੱਲੋਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਦਾ ਨਾਮ ਨਿਆਰ ਰੱਖਿਆ ਗਿਆ ਹੈ ਉਸ ਨੂੰ ਹੁਣ ਕਾਂਗਰਸ ਜ਼ਮੀਨੀ ਪੱਧਰ ਤੇ ਸੂਬਿਆਂ ਦੇ ਵਿੱਚ ਵੀ ਲਜਾਏਗੀ ਸੂਬਾ ਕਾਂਗਰਸ ਪ੍ਰਧਾਨ ਅਬਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਨੇ ਇਸ ਨਿਆ ਪੱਤਰ ਨੂੰ ਪੰਜਾਬ ਚ ਜਾਰੀ ਕੀਤਾ ਜਿਸ ਵਿੱਚ ਕਿਸਾਨਾਂ ਔਰਤਾਂ ਤੇ ਨੌਜਵਾਨਾਂ ਬਾਰੇ ਖਾਸ ਐਲਾਨ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਦੇ ਨਾਲ ਨਾਲ ਖੇਤੀ ਨੂੰ ਜੀਐਸਟੀ ਮੁਕਤ ਬਣਾਉਣ ਵਰਗੇ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ ਨਿਆ ਪੱਤਰ ਵਿੱਚ ਕਿਸਾਨਾਂ ਦੇ ਲਈ ਵੱਡੇ ਐਲਾਨਾਂ ਤੋਂ ਇਲਾਵਾ ਨੌਜਵਾਨਾਂ ਦੇ ਲਈ 1 ਲੱਖ ਦੀ ਇੰਟਰਨਸ਼ਿਪ ਦਾ ਵੀ ਐਲਾਨ ਕੀਤਾ ਗਿਆ ਹੈ ਨਿਆ ਪੱਤਰ ਵਿੱਚ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿੱਚ 50% ਦੀ ਨੌਕਰੀਆਂ ਔਰਤਾਂ ਨੂੰ ਦੇਣ ਦਾ ਵੀ ਵਾਅਦਾ ਕੀਤਾ ਗਿਆ ਯਾਨੀ ਕਿ ਔਰਤਾਂ ਦੇ ਲਈ 50% ਦੀ ਰਾਖਵਾਂਕਰਨ ਕਿਸਾਨ ਨਿਆ ਹੁਣ ਕਿਸਾਨ ਨਿਆਂ ਕੀ ਹੈ ਮੈਨੂੰ ਪਤਾ ਹੈ ਕਿ 1967 ਇਹ ਵੀ ਸਾਡੇ ਵਿੱਚੋਂ ਹੀ ਆਇਆ ਕਿ ਕਿਸਾਨਾਂ ਨੂੰ ਜਦੋਂ ਐਮਐਸਪੀ ਮਿਲੀ ਜਦੋਂ ਕਿਸਾਨ ਨੂੰ ਐਮਐਸਪੀ ਮਿਲੀ ਉਹ ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹ ਐਮਐਸਪੀ ਦਿੱਤੀ ਸੀ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਨਿਆ ਪੱਤਰ ਦੇ ਵਿੱਚ ਲਿਖਿਆ ਗਿਆ ਸਵੇ ਰਾਹੁਲ ਗਾਂਧੀ ਨੇ ਆਪਣੀ ਨਿਆ ਯਾਤਰਾ ਦੇ ਵਿੱਚ ਇਹ ਕਿਹਾ ਤੇ ਅੱਜ ਉਹ ਡਾਕੂਮੈਂਟ ਬਣ ਗਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਇਤਿਆ ਇੰਡੀਆ ਗਠਜੰਬੰਦਨ ਦੀ ਔਨ ਤੇ ਅਸੀਂ MSP ਦੀ ਲੀਗਲ ਗਾਰੰਟੀ ਪੰਜਾਬ ਦੇ ਦੇਸ਼ ਦੇ ਕਿਸਾਨ ਨੂੰ ਦੇਾਂਗੇ ਧੀਰੇ ਵਿੱਚ ਸਭ ਤੋਂ ਵੱਡਾ ਹਿੱਸਾ MSP ਦਾ ਪੰਜਾਬ ਨੂੰ ਮਿਲਦਾ ਹੈ ਸੋ ਇਹ ਪੰਜਾਬ ਵਾਸਤੇ ਬੜੀ ਵੱਡੀ ਗੱਲ ਹੈ ਉਧਰ ਕਾਂਗਰਸ ਦੀ ਲਿਸਟ ਬਾਰੇ ਜੇ ਗੱਲ ਕਰ ਲਈਏ ਤਾਂ ਜੋ ਜਾਣਕਾਰੀ ਸਾਨੂੰ ਪਤਾ ਲੱਗੀ ਹੈ ਉਸ ਮੁਤਾਬਿਕ ਕਾਂਗਰਸ ਦੇ ਤਿੰਨ ਤਿੰਨ ਉਮੀਦਵਾਰ ਜਿੱਥੇ ਦਾਅਵੇਦਾਰੀ ਪੇਸ਼ ਕਰ ਰਹੇ ਨੇ ਉਹ ਹਲਕੇ ਨੇ ਅੰਮ੍ਰਿਤਸਰ ਬਠਿੰਡਾ ਅਨੰਦਪੁਰ ਸਾਹਿਬ ਜਲੰਧਰ ਲੁਧਿਆਣਾ ਤੇ ਸੰਗਰੂ ਰਿ ਇਥੇ ਤਿੰਨ ਤਿੰਨ ਦਾਵੇਦਾਰ ਖੜੇ ਹੋ ਗਏ ਨੇ ਹਾਲਾਂਕਿ ਪਾਰਟੀ ਹਾਈ ਕਮਾਂਡ ਮੌਜੂਦਾ ਪੰਜ ਸੰਸਦ ਮੈਂਬਰਾਂ ਨੂੰ ਟਿਕਟ ਦੇਣ ਦਾ ਮਨ ਬਣਾ ਰਹੀ ਹੈ ਅੰਮ੍ਰਿਤਸਰ ਤੋਂ ਸਾਬਕਾ ਡਿਪਟੀ ਸੀਐਮ ਸੋਨੀ ਅੰਮ੍ਰਿਤਸਰ ਤੋਂ ਆਪਣਾ ਦਾਵਾ ਪੇਸ਼ ਕਰ ਰਹੇ ਨੇ ਇਥੋਂ ਗੁਰਜੀਤ ਸਿੰਘ ਔਜਲਾ ਮੌਜੂਦਾ ਐਮਪੀ ਉਹ ਵੀ ਆਪਣੀ ਦਾਵੇਦਾਰੀ ਪੇਸ਼ ਕਰਦੇ ਨੇ ਬਠਿੰਡਾ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਵਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅਮਰਤਾ ਵੜਿੰਗ ਦੀ ਦਾਵੇਦਾਰੀ ਪੇਸ਼ ਕਰ ਚੁੱਕੇ ਨੇ ਨਾਲ ਹੀ ਉਹਨਾਂ ਨੇ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਇਹਦਾ ਨਾਮ ਵੀ ਪੇਸ਼ ਕੀਤਾ ਹੈ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਵੀ ਟਿਕ ਨੂੰ ਲੈ ਕੇ ਕਾਫੀ ਸਰਗਰਮ ਨੇ ਜਿਨ੍ਹਾਂ ਦਾ ਇਲਾਕੇ ਵਿੱਚ ਆਪਣਾ ਅਸਰ ਰਸੂਖ ਹੈ ਅਜੀਤेंद्र ਸਿੰਘ ਮੋਫਰ ਦਾ ਨਾਮ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਦਿਵਾੜੀ ਟਿਕਟ ਦੇ ਮੁੱਖ ਦਾਵੇਦਾਰ ਨੇ ਲਗਾਤਾਰ ਹਲਕੇ ਵਿੱਚ ਵਿਚਰ ਕੇ ਲੋਕਾਂ ਨੂੰ ਮਿਲ ਰਹੇ ਨੇ ਇਥੋਂ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਵੀ ਮੁੱਖ ਦਾਵੇਦਾਰਾਂ ਵਿੱਚ ਨੇ ਸੰਗਰੂਰ ਹਲਕੇ ਤੋਂ ਸਾਬਕਾ ਐਮਪੀ ਵਿਜੇਂਦਰ ਸਿੰਘ ਲਾ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਤੇ ਸੁਖਪਾਲ ਸਿੰਘ ਖਹਿਰਾ ਦਾਵੇਦਾਰੀ ਪੇਸ਼ ਕਰ ਰਹੇ ਨੇ ਲੁਧਿਆਣਾ ਪਾਤਪੂਸ਼ਣ ਆਸ਼ੂ ਸੰਜੀਤ ਤਲਵਾਰ ਤੇ ਸਿਮਰਜੀਤ ਸਿੰਘ ਬੈਂਸ ਟਿਕਟ ਦੀ ਰੇਸ ਵਿੱਚ ਨੇ ਹਾਲਾਂਕਿ ਬੈਂਸ ਕਾਂਗਰਸ ਦੇ ਵਿੱਚ ਸ਼ਾਮਿਲ ਨਹੀਂ ਹੋਏ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਸੂਬੇ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਇਸ ਦਰਮਿਆਨ ਸੁਖਬੀਰ ਬਾਦਲ ਦੀ ਅਚਾਨਕ ਅੱਜ ਸਿਹਤ ਵਿਗੜ ਗਈ ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਵਿਚਾਲੇ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਲੋਕਾਂ ਨੂੰ ਮਿਲਣ ਦੇ ਵਿੱਚ ਰੁੱਝੇ ਹੋਏ ਨੇ ਤੇ ਹੁਣ ਉਹਨਾਂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਅਕਾਲੀ ਲੀਡਰ ਵਿਕਰਮ ਸਿੰਘ ਵਜੀਠੀਆ ਨੇ ਕਮਾਂਡ ਸੰਭ ਲਈ ਹੈ ਉਹਨਾਂ ਨੇ ਆਪਣੇ ਹਲਕੇ ਵਿੱਚ ਸੁਖਪੀਰ ਬਾਦਲ ਨੇ ਆਪਣੇ ਹਲਕੇ ਵਿੱਚ ਤੈ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ ਅੱਜ ਇਹ ਯਾਤਰਾ ਲੁਧਿਆਣਾ ਦੇ ਪਾਇਲ ਤੋਂ ਰਵਾਨਾ ਹੋਣੀ ਸੀ ਪਰ ਸਿਹਤ ਖਰਾਬ ਹੋਣ ਤੋਂ ਬਾਅਦ ਜਿਹੜਾ ਹੈਗਾ ਇਸ ਨੂੰ ਹੁਣ ਨਵੇਂ ਸਿਰੇ ਤੋਂ ਰਵਾਨਾ ਕੀਤਾ ਜਾਊਗਾ ਹਾਲ ਹੀ ਵਿੱਚ ਸੀਐਮ ਭਗਵੰਤ ਮਾਨ ਆਪਣੀਆਂ ਰੈਲੀਆਂ ਤੇ ਭਾਸ਼ਣਾਂ ਦੇ ਵਿੱਚ ਸੁਖਪੀਰ ਬਾਦਲ ਨੂੰ ਕਾਫੀ ਤਾਨੇ ਮਾਰਦੇ ਦਿਖਾਈ ਦੇ ਰਹੇ ਨੇ ਪਿਛਲੀ ਰੈਲੀ ਵਿੱਚ ਹੀ ਸੀਐਮ ਮਾਨ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਬਾਹਰ ਦਾ ਤਾਪਮਨ ਦੇਖ ਕੇ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਨੇ ਹੁਣ ਵੀ ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਤੇ ਤੰਝ ਕੱਸਿਆ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਵਾਲੇ ਸੋਸ਼ਲ ਮੀਡੀਆ ਖਾਤੇ ਤੇ ਲਿਖਿਆ ਗਿਆ ਕਿ ਚੋਣਾਂ ਦੌਰਾਨ ਨਿਕਲੇ ਡੱਡੂਆਂ ਤੇ ਮਿੱਟੀ ਨਾਲ ਜੁੜੇ ਲੀਡਰਾਂ ਦੇ ਵਿੱਚ ਇਹੀ ਫਰਕ ਹੈ ਇੱਕ ਪਾਸੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਸੀਐਮ ਮਾਨ ਹੈ ਭਗਵੰਤ ਮਾਨ ਹੈ ਜੋ ਧੁੱਪ ਠੰਡ ਮੀਂਹ ਹੜਾਂ ਦੇ ਵਿੱਚ ਵੀ ਆਪਣੇ ਲੋਕਾਂ ਨਾਲ ਖੜਦਾ ਹੈ ਦੂਸਰੀ ਪਾਸੇ ਸੁਖਬੀਰ ਸਿੰਘ ਬਾਦਲ ਹੈ ਜੋ ਵੱਡੇ ਵੱਡੇ ਮੈਦਾਨਾਂ 'ਚ ਵੱਡਿਆ ਵੱਡਾ ਹੋਇਆ ਏਸੀ ਗੱਡੀਆਂ 'ਚ ਸਫ਼ਰ ਕੀਤਾ ਕਦੇ ਗਰਮੀ ਵੀ ਮਹਿਸੂਸ ਨਹੀਂ ਕੀਤੀ ਹੁਣ ਧੁੱਪ ਨਾ ਲੱਗੇ ਇਸ ਕਰਕੇ ਆਪਣੀ ਕਾਰ ਤੇ ਛੱਤ ਰੱਖ ਲਈ ਅਜੇ ਹੀ ਲੀਡਰ ਗਰਮੀ ਨੂੰ ਕਿਵੇਂ ਬਰਦਾਸ਼ਤ ਕਰਨਗੇ ਇਸ ਮੌਸਮ ਨੂੰ ਦੇਖਦੇ ਹੋਏ ਏਸੀ ਗੱਡੀ 'ਚੋਂ ਕੋਈ ਲੀਡਰ ਉਤਰ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਤਾਂ ਸੱਚ ਜਾਣਿਓ ਹਾਸਾ ਆ ਜਾਂਦਾ ਏ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਜਲੰਧਰ ਕਾਂਗਰਸ ਦੇ ਵਿੱਚ ਵੱਡੀ ਬਗਾਵਤ ਵੀ ਸ਼ੁਰੂ ਹੋ ਗਈ ਹੈ ਫਿਲੌਰ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਵਿਧਾਨ ਸਭਾ ਦੇ ਵਿੱਚ ਪਾਰਟੀ ਦੇ ਚੀਫ ਵਿੱਪ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਅਸਤੀਫਾ ਉਹਨਾਂ ਨੇ ਵਿਰੋਧੀ ਧਿਰ ਦੇ ਲੀ ਵਾਨੂੰ ਪਹੁੰਚਿਆ ਹੈ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਟਿਕਟੇ ਤੋਂ तकरीबन तकरीबन ਪੱਕੀ ਮੰਨੀ ਜਾ ਰਹੀ ਹੈ ਜਲੰਧਰ ਤੋਂ ਇਸੇ ਕਰਕੇ ਵਿਕਰਮਜੀਤ ਚੌਧਰੀ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਦਮ ਚੁੱਕਿਆ ਖਬਰਾਂ ਨੇ ਕਿ ਹਾਈ ਕਮਾਂਡ ਤੋਂ ਇਸ਼ਾਰਾ ਮਿਲਣ ਤੋਂ ਬਾਅਦ ਹੀ ਸਾਬਕਾ ਸੀਐਮ ਚੰਨੀ ਨੇ ਜੜੇ ਉਹ ਜਲੰਧਰ ਦੇ ਵਿੱਚ ਡੇਰੇ ਲਾ ਕੇ ਬੈਠੇ ਨੇ ਕਿਰਾਏ ਤੇ ਕੋਠੀ ਵੀ ਲੈ ਲਈ ਹੈ ਜਲੰਧਰ ਵਿੱਚ ਕਾਂਗਰਸ ਦੇ ਸਾਰੇ ਵਿਧਾਇਕਾਂ ਦੀ ਹਮਾਇਤ ਵੀ ਚੰਨੀ ਦੇ ਨਾਲ ਹੀ ਦੱਸੀ ਜਾ ਰਹੀ ਹੈ ਚੌਧਰੀ ਆਪਣੀ ਮਾਂ ਕਰਮਜੀਤ ਕੌਰ ਦੇ ਲਈ ਟਿਕਟ ਮੰਗ ਰਹੇ ਨੇ ਚੌਧਰੀ ਸੰਤੋਖ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜ਼ਿਮਨੀ ਚੌਂਣ ਚ ਵੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਮਿਲੀ ਸੀ ਪਰ ਉਹ ਹਾਰ ਗਏ ਸਨ ਸੁਸ਼ੀਲ ਕੁਮਾਰ ਰਿੰਕੂ ਆਪ ਵੱਲੋਂ ਜਿੱਤੇ ਸਨ ਚੀਫ ਵਿੱਪ ਤੋਂ ਅਸਤੀਫਾ ਦੇ ਕੇ ਵਿਕਰਮਜੀਤ ਸਿੰਘ ਚੌਧਰੀ ਨੇ ਸਾਫ਼ ਕਰ ਦਿੱਤਾ ਕਿ ਚੰਨੀ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਹੁਣ ਦੇਖਣਾ ਹੋਏਗਾ ਕਿ ਕਾਂਗਰਸ ਕੀ ਫੈਸਲਾ ਲਉਗੀ ਪੰਜਾਬ ਦੇ ਵਿੱਚ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਇੱਕ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਰਾਜਪੁਰਾ ਦੇ ਪ੍ਰਾਈਮ ਸਿਨੇਮਾ ਕਰਦੇ ਮਾਲਕ ਤੇ ਦਿੱਲੀ ਦੀ ਫਿਲਮ ਡਿਸਟ੍ਰੀਬਿਊਸ਼ਨ ਕੰਪਨੀ ਕਯੂਬ ਸਿਨੇਮਾ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਚੋਣ ਕਮਿਸ਼ਨ ਨੇ ਸਿਨੇਮਾ ਮਾਲਕ ਤੇ ਫਿਲਮ ਡਿਸਟ੍ਰੀਬਿਊਸ਼ਨ ਕੰਪਨੀ ਖਿਲਾਫ ਪਰਚਾ ਦਰਜ ਕਰਵਾਇਆ ਹੈ ਥਾਣਾ ਸਦਰ ਰਾਜਪੁਰਾ ਦੇ ਵਿੱਚ ਇਹ ਪਰਚਾ ਦਰਜ ਹੋਇਆ ਹੈ ਰਾਜਪੁਰਾ ਦੇ ਪ੍ਰਾਈਮ ਸਿਨੇਮਾ ਦੇ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਜਾਇਦਾਦਾਂ ਸੰਬੰਧੀ ਵੀਡੀਓ ਕਲਿੱਪ ਚਲਾ ਕੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਸੀ ਜਿਸ ਦੀ ਸ਼ਿਕਾਇਤ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਕੀਤੀ ਗਈ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਅੱਜ ਕਾਰਵਾਈ ਕੀਤੀ ਹੈ ਹਾਲਾਂਕਿ ਪੰਜਾਬ ਸਰਕਾਰ ਨੂੰ ਕੁਝ ਨਹੀਂ ਕਿਹਾ ਗਿਆ ਕਿਉਂਕਿ ਸਰਕਾਰ ਨੇ ਆਪਣੇ ਪੱਖ ਵਿੱਚ ਕਿਹਾ ਕਿ ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਕਿ ਸਾਡਾ ਇਸ਼ਤਿਹਾਰ ਚਲਾਓ ਇਸ ਕਰਕੇ ਪੰਜਾਬ ਸਰਕਾਰ ਨੂੰ ਬਖਸ਼ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਪਟਿਆਲਾ ਦੇ ਡੀਸੀ ਨੂੰ ਵੀ ਇਸ ਮਾਮਲੇ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਭੇਜਿਆ ਸੀ ਕਾਂਗਰਸ ਦੇ ਸੀਨੀਅਰ ਲੀਡਰ ਏਕੇ ਐਂਟਨੀ ਨੇ ਅੱਜ ਕਿਹਾ ਕਿ ਕੇਰਲਾ ਦੀ ਪਠਾਨ ਮਥੱਟਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਉਹਨਾਂ ਦੇ ਆਪਣੇ ਪੁੱਤਰ ਅਨਿਲ ਕੇ ਐਂਟਨੀ ਨੂੰ ਚੋਣ ਜਿੱਤਣ ਨਹੀਂ ਦੇਣਾ ਐਂਟਨੀ ਨੇ ਪ੍ਰੈਸ ਕਾਨਫਰੰਸ ਕਰਦੇ ਆ ਐਲਾਨ ਕੀਤਾ ਕਿ ਉਹਨਾਂ ਦੇ ਪੁੱਤਰ ਨੂੰ ਹਾਰਨਾ ਚਾਹੀਦਾ ਹੈ ਉਹਦੀ ਹਾਰ ਹੋਣੀ ਚਾਹੀਦੀ ਹੈ ਦੱਖਣੀ ਦਖਣੀ ਕੇਰਲਾ ਹਲਕੇ ਤੋਂ ਉਹਨਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਐਂਟੋ ਐਂਟੋਨੀ ਨੂੰ ਜਿੱਤਣਾ ਚਾਹੀਦਾ ਉਹਨਾਂ ਕਾਂਗਰਸੀ ਲੀਡਰਾਂ ਦੇ ਬੱਚਿਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਵੀ ਗਲਤ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਸੀਐਮ ਨਿਵਾਸ ਤੇ ਆਪਣੇ ਘਰ ਦੇ ਵਿੱਚ ਸੰਜੀਤ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਆਪ ਲੀਡਰ ਸੰਜੀਤ ਸਿੰਘ ਨੇ ਵੀ ਘਰੇ ਪਹੁੰਚ ਕੇ ਸੀਐਮ ਭਗਵੰਤ ਮਾਨ ਨੂੰ ਗੋਦੀ ਚੁਕਲਿਆ ਰਾਜ ਸਭਾ ਐਮਪੀ ਦੇ ਨਾਲ ਉਹਨਾਂ ਦੀ ਪਤਨੀ ਵੀ ਭਗਵੰਤ ਮਾਨ ਦੇ ਘਰ ਪਹੁੰਚੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੇ ਧੀ ਦੀਆਂ ਵਧਾਈਆਂ ਦੇਣ ਪਹੁੰਚੇ ਹੋਏ ਸਨ ਡਾਕਟਰ ਗੁਰਪ੍ਰੀਤ ਕੌਰ ਅਤੇ ਸੀਐਮ ਆਨੰਦੀ ਭੈਣ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਸੰਜੀਤ ਸਿੰਘ 6 ਮਹੀਨੇ ਬਾਅਦ ਕਥਿਤ ਸ਼ਰਾਬ ਘਟਾਲੇ ਵਿੱਚ ਜੇਲ੍ਹੋਂ ਬਾਹਰ ਆਏ ਨੇ ਭਗਵੰਤ ਮਾਨ ਦੇ ਨਾਲ ਜੇਲ੍ਹੋਂ ਬਾਹਰ ਹੋਣ ਤੋਂ ਬਾਅਦ ਦੀ ਪਹਿਲੀ ਮੁਲਾਕਾਤ ਸੀ 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਸੰਜੀਤ ਸਿੰਘ ਪੰਜਾਬ ਦੇ ਇੰਚਾਰਜ ਹੁੰਦੇ ਸੀ ਇਸ ਦੌਰਾਨ ਸੰਜੀਤ ਸਿੰਘ ਸੂਬੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਵਿਧਾਇਕਾਂ ਦੇ ਨਾਲ ਚੋਣਾਂ ਬਾਰੇ ਚਰਚਾ ਵੀ ਕਰਨਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਹੋਣ ਕਰਕੇ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਪਾਰਟੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਇਸ ਵਕਤ ਮੁੱਖ ਤੌਰ ਤੇ ਸੰਜੀਤ ਸਿੰਘ ਅਤੇ ਭਗਵੰਤ ਮਾਨ ਦੇ ਮੋਢਿਆਂ ਤੇ ਹੈ ਇਸਦੇ ਮੈਂ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਹਰਿਆਣਾ ਦੇ ਵਿੱਚ ਕਾਂਗਰਸ ਲੀਡਰ ਅਸ਼ੋਕ ਅਰੋੜਾ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਤਸਵੀਰ ਸਾਂਝੀ ਕਰਦੇ ਹੋਏ ਤੰਜ ਕਸਤियां ਲਿਖਿਆ ਕਿ ਸੀਨੀਅਰ ਕਾਂਗਰਸੀ ਲੀਡਰ ਅਸ਼ੋਕ ਅਰੋੜਾ ਦਾ ਹੱਥ ਹੁਣ ਛੱਡਿਓ ਨਾ ਮਾਨ ਸਾਹਿਬ ਜੇ ਕਾਂਗਰਸ ਨੂੰ ਵੋਟ ਪਾਉਣਗੇ ਤਾਂ ਝਾੜੂ ਨੂੰ ਜਾਵੇਗੀ ਜੇ ਝਾੜੂ ਨੂੰ ਵੋਟ ਪਾਉਣਗੇ ਤਾਂ ਕਾਂਗਰਸ ਨੂੰ ਜਾਵੇਗੀ ਸਾਰੇ ਮਿਲੇ ਹੋਏ ਨੇ ਦਿਨੇ ਗੱਠ ਜੋੜ ਕਾਂਗਰਸ ਨਾਲ ਰਾਤ ਨੂੰ ਭਾਜਪਾ ਦੇ ਨਾਲ ਵਾਹ ਮਾਨ ਸਾਹਿਬ ਆਪ ਦਾ ਗੱਠ ਜੋੜ ਜ਼ਿੰਦਾਬਾਦ ਹੈ ਮੋਰਚਿਆਂ ਤੇ ਬੈਠੇ ਕਿਸਾਨਾਂ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚਾ ਰਾਜੇਵਾਲ ਗਰੁੱਪ ਨੇ ਵੀ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੇ ਉਮੀਦਵਾਰਾਂ ਨੂੰ ਘੇਰਨ ਦੀ ਰਣਨੀਤੀ ਕੱਢ ਲਈ ਹੈ ਮੋਰਚੇ ਦੇ ਲੀਡਰ ਬਲਬੀਤ ਸਿੰਘ ਰਾਜੇਵਾਲ ਸਮੇਤ ਕਈ ਕਿਸਾਨ ਲੀਡਰਾਂ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ 10 ਸਵਾਲਾਂ ਦਾ ਇੱਕ ਪੋਸਟਰ ਜਾਰੀ ਕੀਤਾ ਹੈ ਜੋ ਪੰਜਾਬ ਦੇ ਹਰੇਕ ਪਿੰਡ 'ਚ ਵੜਨ ਵਾਲੇ ਗੇਟਾਂ ਤੇ ਲਾਇਆ ਜਾਊਗਾ ਕਿਸਾਨ ਲੀਡਰ ਰਾਜਵਾਰ ਨੇ ਕਿਸਾਨਾਂ ਨੂੰ ਜ਼ਾਬਤੇ ਵਿੱਚ ਰਹਿ ਕੇ ਹੀ ਆਗੂਆਂ ਦੇ ਕੋਲੋਂ ਬੀਜੇਪੀ ਦੇ ਆਗੂਆਂ ਦੇ ਕੋਲੋਂ ਸਵਾਲ ਪੁੱਛਣ ਦੀ ਹਦਾਇਤ ਕੀਤੀ ਹੈ ਉਹਨਾਂ ਕਿਹਾ ਕਿ ਸਾਡੀ ਇੱਕ ਗਲਤੀ ਦੇ ਨਾਲ ਬੀਜੇਪੀ ਇਸ ਸਾਡੀ ਮੁਹਿਮ ਨੂੰ ਗਲਤ ਰੰਗਤ ਦੇ ਸਕਦੀ ਹੈ ਦੂਸਰੀ ਰੰਗਤ ਦੇ ਸਕਦੀ ਹੈ ਆਪਣੇ ਸਾਰੇ ਵਰਕਰਾਂ ਨੂੰ ਆਮ ਪੈਂਡੂਆਂ ਨੂੰ ਸ਼ਹਿਰੀਆਂ ਨੂੰ ਇਹ ਬੇਨਤੀ ਹੈ ਕਿ ਸਵਾਲ ਕਰਨ ਵੇਲੇ ਜ਼ਾਬਤ ਚ ਰਹਿਣਾ ਬਹੁਤ ਜ਼ਰੂਰੀ ਹੈ ਜ਼ਾਬਤ ਚ ਰਹੋਗੇ ਤਾਂ ਤੁਹਾਡੇ ਸਵਾਲਾਂ ਦਾ ਦਬਾਅ ਹੋਏਗਾ ਜੇ ਵਾਇਲੈਂਟ ਹੋਏ ਤਾਂ ਪੋਲਰਾਈਜੇਸ਼ਨ ਕਰਨ ਵਿੱਚ ਸਫਲ ਹੋ ਜਾਣਗੇ ਬੀਜੇਪੀ ਵਾਲੇ ਇਹ ਅਸੀਂ ਕਿਸੇ ਕੀਮਤ ਤੇ ਨਹੀਂ ਚਾਹੁੰਦੇ ਤਾਂ ਜਿਹੜੇ ਸਵਾਲ ਅਸੀਂ ਕਰਨੇ ਚਾਹਾਂਗੇ ਸਾਰੇ ਜਿਹੜੇ ਅਸੀਂ ਫੈਸਲਾ ਕੀਤਾ ਹੈ ਪਹਿਲਾ ਸਵਾਲ ਹੈ ਵੀ ਅੰਦੂਲਨ ਸਮੇ ਕਿਸਾਨਾਂ ਸਾਹਮਣੇ ਕਿਲ ਕਿਉਂ ਗੱਡੇ ਗਏ ਬੈਰੀਕੇਡ ਕਿਉਂ ਲਾਏ ਅਥਰੋ ਗੈਸ ਕਿਉਂ ਛੱਡੀ ਗੋਲੀਆਂ ਕਿਉਂ ਚਲਾਈਆਂ ਕੀ ਅਸੀਂ ਵਿਦੇਸ਼ੀ ਆ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਕਿਸਾਨਾਂ ਨੇ ਜਿਹੜੇ 10 ਵਾਲਾਂ ਦਾ ਪੋਸਟਰ ਤਿਆਰ ਕੀਤਾ ਹੈ ਉਹਦੇ ਵਿੱਚ ਪੁੱਛਿਆ ਗਿਆ ਕਿ ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿਲ ਕਿਉਂ ਗੱਡੇ ਬੈਰੀਕੇਡ ਕਿਉਂ ਲਾਏ ਅਥਰੂ ਗੈਸ ਕਿਉਂ ਛੱਡੀ ਗੋਲੀਆਂ ਕਿਉਂ ਉਚਲਾਈਆਂ ਕੀ ਅਸੀਂ ਵਿਦੇਸ਼ੀ ਹਾਂ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਨੌਜਵਾਨ ਕਿਸਾਨ ਸੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ 400 ਕਿਸਾਨ ਕਿਉਂ ਫੱਟੜ ਕੀਤੇ ਐਮਐਸਬੀ ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ ਇਹ 11 ਸਵਾਲ ਨੇ ਜਿਹੜੇ ਫਲੈਕਸਾਂ ਬਣਾ ਕੇ ਸਾਰੇ ਪਿੰਡਾਂ ਦੇ 3 ਪੁਆਇੰਟਸ ਤੇ ਲਾਜ਼ਮੀ ਤੇ ਜਾਣਗੇ ਭਾਜਪਾ ਵਾਲੇ ਜੇ ਜਾਣਗੇ ਉਹਨਾਂ ਤੇ ਸਵਾਲੇ ਕੀਤੇ ਜਾਣਗੇ ਪਰ ਰਿਹਾ ਜਾਏਗਾ ਪੀਸਫੁਲ ਇਹ ਪਹਿਲੀ ਸ਼ਰਤ ਸਾਡੀ ਸਾਡੇ ਕੇਡਰ ਨੂੰ ਸਾਡੇ ਲੋਕਾਂ ਨੂੰ ਉਹਨਾਂ ਨੂੰ ਅਪੀਲ ਹੈ ਇਸ ਤੋਂ ਪਹਿਲਾਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਵੀ ਇੱਕ ਪੋਸਟਰ ਜਾਰੀ ਕਰਕੇ ਬੀਜੇਪੀ ਦੇ ਲੀਡਰਾਂ ਨੂੰ ਕਿ ਰੰਦਾ ਪ੍ਰੋਗਰਾਮ ਵਿੱਡਿਆ ਹੋਇਆ ਹੈ ਅਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਪਣੇ ਪੱਧਰ ਤੇ ਵੀ ਲੋਕ ਬੀਜੇਪੀ ਦਾ ਬਾਈਕਾਟ ਕਰ ਰਹੇ ਨੇ ਹੁਣ ਤੱਕ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹਾਂਸ ਰਾਜ ਹਾਂਸ ਅਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਅਤੇ ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਉਧਰ ਮੋਰਚਿਆਂ ਤੇ ਬੈਠੇ ਕਿਸਾਨਾਂ ਦੇ ਵੱਲੋਂ ਐਲਾਨਿਆ ਗਿਆ ਅੱਜ ਵਾਲਾ ਰੇਲ ਰੋਕੋ ਅੰਦੋਲਨ ਕੱਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਇਹ ਫੈਸਲਾ ਪਟਿਆਲਾ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਤੋਂ ਬਾਅਦ ਲਿਆ ਗਿਆ ਇਹ ਜਾਣਕਾਰੀ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਨੇ ਦਿੱਤੀ ਪੰਦੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਵੀ ਗੱਲ ਕਰਨ ਲਈ ਤਿਆਰ ਹੈ ਇੱਕ ਦਿਨ ਲੇਈ ਅੰਦੋਲਨ ਮੌltਵੀ ਕੀਤਾ ਗਿਆ ਹੈ 10 ਅਪ੍ਰੈਲ ਨੂੰ ਕਿਸਾਨ ਸ਼ੰਭੂ ਬਾਰਡਰ ਤੇ ਰੇਲਾਂ ਰੋਕਣਗੇ ਨੌਜਵਾਨ ਕਿਸਾਨ ਨਵਦੀਪ ਸਿੰਘ ਜਲਵੇੜਾ ਤੇ ਹੋਰ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਇਹ ਰੇਲ ਰੋਕੋ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ ਤਬ ਤੱਕ ਜਾਰੀ ਰੱਖेंगे ਜਬ ਤੱਕ ہماری ਮੰਗਾਂ ਨਹੀਂ ਮੰਨੀ ਜਾਂਦੀ ਆਜ ਚੰਡੀਗੜ੍ਹ ਮੇ ਸਰਕਾਰ ਸੇ ਵਾਰਤਾ ਹੋ ਰਹੀ ਹੈ ਦੋਨੋ ਫਰਮੋ ਕੀ ਬੜੀ ਲੀਡਰਸ਼ਿਪ ਜਾਏਗੀ ਅਗਰ ਹਰਿਆਣਾ ਕੇ ਕਿਸਾਨ रिहा कर दिए गए तो ठीक है नहीं तो रेल रोको आंदोलन अपनी जगह पर स्टैंड कर रहा है यह आंदोलन लगातार देश भर में फैल रहा है धन्यवाद ਉਦਰ ਸ਼ਹੀਦ ਕਿਸਾਨ ਸੁਭਕਰਨ ਸਿੰਘ ਦੀ ਸ਼ਹੀਦ ਦੀ ਕਲਸ਼ ਯਾਤਰਾ ਤਾਮਿਲਨਾਡੂ ਦੇ ਰਾਮਨਾਥਪੁਰਮ ਦੇ ਰਾਵੇਸ਼ਵਰਮ ਰਮੇਸ਼ਵਰਮ ਵੱਲ ਵਧ ਗਈ ਹੈ ਕਿਸਾਨ ਲੀਡਰ ਸਰਵੰਤ ਸਿੰਘ ਬੰਦੇਰ ਉਤੇ ਪਹੁੰਚੇ ਹੋਏ ਨੇ ਉਹਨਾਂ ਨੇ ਕਿਹਾ ਕਿ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਪਹੁੰਚ ਰਹੇ ਨੇ ਇਕੱਠੇ ਹੋ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿੱਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀਐਮ ਨੇ ਮੀਟਿੰਗ ਕਰਕੇ ਅਧਿਕਾਰੀਆਂ ਵੱਲੋਂ ਮੰਡੀਆਂ ਵਿੱਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਦਾਵਾ ਕੀਤਾ ਕਿ ਇਸ ਵਾਰੀ ਫਸਲ ਟਰਾਲੀ 'ਚੋਂ ਉਤਰਦਿਆਂ ਹੀ ਦੀ ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਮੰਡੀਆਂ ਵਿੱਚ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਸੰਤੁਸ਼ਟੀ ਜ਼ਾਹਰ ਕੀਤੀ ਉਹਨਾਂ ਟਵੀਟ ਕਰਕੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਪੂਰੇ ਨੇ ਇਸ ਵਾਰੀ ਟਰਾਲੀ ਤੋਂ ਫਸਲ ਖਰੀਦਦੇ ਹੀ ਕਿਸਾਨਾਂ ਦੀ ਫਸਲ ਦਾ ਭੁਗਤਾਨ ਹੋ ਜਾਵੇਗਾ ਯਾਨੀ ਕਿ ਟਰਾਲੀ 'ਚ ਜਿਵੇਂ ਹੀ ਫਸਲ ਲਹੂਗੀ ਖਰੀਦੀ ਜਾਊਗੀ ਨਾਲ ਦੀ ਨਾਲ ਕਿਸਾਨਾਂ ਦੀ ਪੇਮੈਂਟ ਆ ਜਾਵੇਗੀ ਸੀਐਮ ਨੇ ਕਿਹਾ ਕਿ ਇਸ ਵਾਰੀ ਪਿਛਲੇ ਸਾਲ ਦੇ ਮੁਕਾਬਲੇ 12 ਲੱਖ ਮੀਟ੍ਰਿਕ ਟਨ ਵਾਧੂ ਝਾੜ ਦੀ ਉਮੀਦ ਹੈ ਸੀਐਮ ਨੇ ਵੀ ਕਿਹਾ ਕਿ ਨਰਮਾ 벨ਟ ਵਾਲੇ ਕਿਸਾਨਾਂ ਨੂੰ ਵਿਸਾਖੀ ਤੋਂ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ ਤਰਨਤਾਰਨ ਦੇ ਵਿੱਚ ਇੱਕ 55 ਸਾਲ ਦੀ ਔਰਤ ਨੂੰ ਨਿਰਵਸਤਰ ਕਮਾਉਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਸਿਊ ਮੋਟੋ ਨੋਟਿਸ ਲਿਆ ਯਾਨੀ ਕਿ ਆਪੂ ਨੋਟਿਸ ਲੈਂਦੇ ਹੋਏ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਜਸਟਿਸ ਵਿਸ਼ੇਸ਼ਟ ਨੇ ਕਿਹਾ ਕਿ ਮੈਨੂੰ ਮਹਾਭਾਰਤ ਯਾਦ ਆ ਗਈ ਹੈ ਇਸ ਮਾਮਲੇ ਵਿੱਚ ਅਦਾਲਤ ਨੇ 30 April ਤੱਕ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ ਕਿ ਹੁਣ ਤੱਕ ਕੀ ਕੀ ਕਾਰਵਾਈ ਹੋਈ ਹੈ ਹਾਲਾਂਕਿ ਸੁਣਵਾਈ ਦਰਮਿਆਨ ਪੰਜਾਬ ਸਰਕਾਰ ਨੇ ਦੱਸਿਆ ਕਿ ਸਾਰੇ 5 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ ਪਰ ਫਿਰ ਵੀ ਡਿਟੇਲ ਦੇ ਵਿੱਚ ਰਿਪੋਰਟ ਮੰਗੀ ਗਈ ਹੈ ਹਾਈ ਕੋਰਟ ਨੇ ਕਿਹਾ ਕਿ ਬਹੁਤ ਕਿਨੌਣੀ ਘਟਨਾ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਸਟਿਸ ਵਿਸ਼ਿਸ਼ਟ ਦੀ ਟਿੱਪਣੀ ਤੇ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕਸਦਿਆਂ ਹੋਇਆ ਕਿਹਾ ਹੈ ਕਿ ਪੰਜਾਬ ਦੇ ਵਿੱਚ ਦਰਯੋਧਨ ਕੌਣ ਤੇ ਕੌਰਵਾ ਕੌਣ ਹੈ ਇਸ ਫੈਸਲੇ ਇਸ ਦਾ ਫੈਸਲਾ ਪੰਜਾਬ ਦੀ ਜਨਤਾ ਨੂੰ ਚੋਣਾਂ ਦੇ ਵਿੱਚ ਕਰਨਾ ਹੋਵੇਗਾ ਉਹਨਾਂ ਨੇ ਕਿਹਾ ਕਿ ਅੱਜ ਵੇਲਾ ਹੈ ਪਗੜੀ ਸੰਭਾਲ ਜੱਟਾਂ ਦੇ ਨਾਅਰੇ ਤੇ ਪੈਰਾਂ ਦੇਣ ਦਾ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਘਟਾਲੇ ਵਿੱਚ ਫਸੇ ਆਪਣੇ ਲੀਡਰ ਕੇਜਰੀਵਾਲ ਦਾ ਬਚਾਅ ਕਰਨ ਦੇ ਵਿੱਚ ਲੱਗੇ ਹੋਏ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸੱਲਾ ਕਮਿਸ਼ਨ ਦੀ ਚੇਅਰ ਪਰਸਨ ਰਾਜ ਲਾਲੀ ਗਿੱਲ ਨੇ ਵੀ ਨੋਟਿਸ ਲਿਆ ਸੀ ਟੀ ਮਾਂ ਭੈਣ ਜਿਹਦੀ ਇੱਜ਼ਤ ਉਥੇ ਸੜਕਾਂ ਦੇ ਉੱਤੇ ਰੋਲੀ ਗਈ ਉਹਦੀ ਗੱਲ ਨਾ ਕਰਕੇ 92 ਦੇ 92 ਜਿਹੜੇ ਐਮ.ਐਲ.ਏ ਜਾ ਕੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਉਥੇ ਉਸ ਜਨਮ ਸਥਲੀ ਤੇ ਜਾ ਕੇ ਉਹਨਾਂ ਨੇ ਇੱਕ ਭ੍ਰਸ਼ਟ ਆਦਮੀ ਇੱਕ ਬੇਈਮਾਨ ਆਦਮੀ ਤੇ दारू ਦੇ ਅੰਦਰ ਜਿਹਨੇ ਘੁਟਾਲੇ ਕੀਤੇ ਹੈ ਉਹਨਾਂ ਲੋਕਾਂ ਦੀ ਗੱਲ ਕਰੀ ਜਾਂਦੇ ਆ ਪੰਜਾਬ ਦੀ ਇੱਜ਼ਤ ਦਾ ਕੋਈ ਰਖਵਾਲਾ ਹੈ ਨਹੀਂ ਸਾਬ ਕਹਿੰਦੇ ਨਾ ਪਗੜੀ ਸੰਭਾਲ ਜਿੱਤਾ ਅੱਜ ਸਮਾਂ ਆ ਗਿਆ ਸਭ ਪਗੜੀ ਸੰਭਾਲਣ ਦਾ ਸਮਾਂ ਆ ਗਿਆ ਆਪਾਂ ਨੂੰ ਸਾਹਮਣੀ ਪਾਉਗੀ ਸਾਬ ਕਿਉਂਕਿ ਇਹਨਾਂ ਲੋਕਾਂ ਤੋਂ ਆਸ ਖਤਮ ਹੋ ਗਈ ਕੋਈ ਆਸ ਨਹੀਂ ਇਹਨਾਂ ਤੋਂ ਐ ਇਹ ਇਹ ਦੇ ਸੰਭਾਲਣ ਦੀ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਨੇ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ ਅਦਾਲਤ ਨੇ ਕੇਜਰੀਵਾਲ ਦੇ ਰਿਮਾਂਡ ਤੇ ਗ੍ਰਿਫਤਾਰੀ ਨੂੰ ਸਹੀ ਠਹਿਰਾਉਂਦੇ ਹੋਏ ਉਹਨਾਂ ਦੀ ਪਟੀਸ਼ਨ ਹੀ ਰੱਦ ਕਰ ਦਿੱਤੀ ਹੈ ਤੇ ਨਾਲ ਹੀ ਸਖਤ ਟਿੱਪਣੀਆਂ ਵੀ ਕੀਤੀਆਂ ਨੇ ਕੇਜਰੀਵਾਲ ਨੇ 23 ਮਾਰਚ ਨੂੰ ਗ੍ਰਿਫਤਾਰੀ ਨੂੰ ਚੈਲੰਜ ਕਰਦਿਆਂ ਪਟੀਸ਼ਨ ਪਾਈ ਸੀ ਆਪਣੀ ਗ੍ਰਿਫਤਾਰੀ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨ ਇਸ ਗੱਲ ਦਾ ਫੈਸਲਾ ਕਰਨ ਲਈ ਸੀ ਕਿ ਗ੍ਰਿਫਤਾਰੀ ਗਲਤ ਹੈ ਜਾਂ ਸਹੀ ਇਹ ਪਟੀਸ਼ਨ ਜ਼ਮਾਨਾ ਤਤ ਦੇਣ ਲਈ ਨਹੀਂ ਹੈ ਜਸਟਿਸ ਸਵਰਨਕਾਂਤਾ ਸ਼ਰਮਾ ਨੇ ਕਿਹਾ ਕਿ ਰਾਗਮ ਮੋਂਟਾ ਅਤੇ ਸ਼ਰਥ ਰੈਡੀ ਦੇ ਬਿਆਨ ਪੀਐਮਐਲਏ ਦੇ ਤਹਿਤ ਰਿਕਾਰਡ ਕੀਤੇ ਗਏ ਨੇ ਈਡੀ ਨੇ ਕੇਜਰੀਵਾਲ ਦੇ ਖਿਲਾਫ ਸਬੂਤ ਇਕੱਠੇ ਕੀਤੇ ਨੇ ਕਿ ਉਹ ਸਾਜ਼ਿਸ਼ ਵਿੱਚ ਸ਼ਾਮਲ ਸਨ ਈਡੀ ਨੇ ਖੁਲਾਸਾ ਕੀਤਾ ਹੈ ਕਿ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਤੌਰ ਤੇ ਸਾਜ਼ਿਸ਼ ਦੇ ਵਿੱਚ ਸ਼ਾਮਲ ਸਨ ਜਸਟਿਸ ਸਵਰਨਕਾਂਤਾ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਆਮ ਨਾਗਰਿਕ ਦੇ ਲਈ ਕੋਈ ਵੱਖਰਾ ਕਾਨੂੰਨ ਨਹੀਂ ਹੈ ਇਹ ਮਾਮਲਾ ਸੈਂਟਰ ਤੇ ਕੇਜਰੀਵਾਲ ਦੇ ਵਿਚਾਲੇ ਦਾ ਨਹੀਂ ਹੈ ਇਹ ਮਾਮਲਾ ਈਡੀ ਤੇ ਕੇਜਰੀਵਾਲ ਵਿਚਾਲੇ ਈਡੀ ਨੇ ਸਬੂਤ ਕਿ ਪੈਸਾ ਗਵਾ ਲਿਆ ਚੋਣਾ ਦੇ ਵਿੱਚ ਲੱਗਿਆ ਹੈ ਅਦਾਲਤ ਨੇ ਇਹ ਵੱਡਾ ਬਿਆਨ ਦਿੱਤਾ ਹੈ ਕਿ ਈਡੀ ਨੇ ਉਹਨਾਂ ਨੂੰ ਸਬੂਤ ਸੌਂਪ ਦਿੱਤੇ ਨੇ ਜੱਜ ਸਾਹਿਬਾ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਚੋਣਾ ਦੇ ਨਜ਼ਰੀਏ ਤੋਂ ਨਹੀਂ ਬਲਕਿ ਕਾਨੂੰਨ ਨਜ਼ਰੀਏ ਤੋਂ ਪਰਖੀ ਹੈ ਅਸੀਂ ਫੈਸਲਾ ਸਿਆਸਤ ਮੁਤਾਬਿਕ ਨਹੀਂ ਬਲਕਿ ਕਾਨੂੰਨ ਮੁਤਾਬਿਕ ਕੀਤਾ ਹੈ ਸਰਕਾਰੀ ਗਵਾਹਾਂ ਦੇ ਬਿਆਨ ਕਿਸ ਤਰ੍ਹਾਂ ਰਿਕਾਰਡ ਕੀਤੇ ਇਸ ਗੱਲ ਤੇ ਸ਼ੱਕ ਕਰਨਾ ਕੋਰਟ ਅਤੇ ਜੱਜ ਤੇ ਕਲੰਕ ਲਾਉਣ ਵਰਗਾ ਹੋਊਗਾ 3 April ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਹੁਣ ਪਟੀਸ਼ਨ ਹੀ ਰੱਦ ਕਰ ਦਿੱਤੀ ਹੈ ਜਾਇਦਾਦ ਦੇ ਨਾਂ ਤੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਨੀਚਰ ਹਾਈਟਸ ਇਨਫਰਾ ਲਿਮਟਿਡ ਦੇ ਠੱਗ ਐਮ ਡੀ ਨੀਰਜ ਅਰੋੜਾ ਨੂੰ ਫਰੀਦਕੋਟ ਤੇ ਫਾਜ਼ਿਲਕਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫਤਾਰ ਕਰ ਲਿਆ ਪੰਜਾਬ ਦੇ 417 ਥਾਣਿਆਂ ਦੀ ਪੁਲਿਸ 117 ਮਾਮਲਿਆਂ ਦੇ ਵਿੱਚ ਲੁੜਿੰਦੇ ਨੀਰਜ ਅਰੋੜਾ ਦੀ ਭਾਲ ਕਰ ਰਹੀ ਸੀ ਯਾਨੀ ਕਿ ਇਸ ਬੰਦੇ ਦੇ ਖਿਲਾਫ ਇਸ ਠੱਗ ਬਿਜ਼ਨਸਮੈਨ ਦੇ ਖਿਲਾਫ 417 ਥਾਣਿਆਂ ਦੇ ਵਿੱਚ ਪਰਚੇ ਦਰਜ ਹੋਏ ਸਨ ਸ਼ਿਕਾਇਤਾਂ ਪਹੁੰਚੀਆਂ ਸਨ 117 ਮਾਮਲਿਆਂ ਦੇ ਵਿੱਚ ਇਹ ਲੁੜਿੰਦਾ ਸੀ ਨੀਰਜ अरोड़ा ਦੇ ਕੋਲੋਂ ਇੱਕ ਲਗਜ਼ਰੀ BMW ਕਾਰ ਮੋਬਾਈਲ ਫੋਨ ਤੇ ਜਾਲੀ ਦਸਤਾਵੇਜ਼ ਵੀ ਬਰਾਮਦ ਹੋਏ ਨੇ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਨੀਰਜ ਤੇ 2 ਲੱਖ ਦਾ ਇਨਾਮ ਵੀ ਰੱਖਿਆ ਸੀ ਨੀਰਜ ਅਬੋਰ ਦਾ ਰਹਿਣ ਵਾਲਾ ਹੈ 5 ਸਾਲ ਪਹਿਲਾਂ ਜਾਇਦਾਦ ਦਾ ਕਾਰੋਬਾਰ ਕਰਕੇ ਉਸਨੇ ਵੱਡੀ ਗਿਣਤੀ ਚ ਲੋਕਾਂ ਨੂੰ ਕਰੋਨਾ ਦਾ ਚੂਨਾ ਲਾਇਆ ਸੀ ਈਡੀ ਨੇ ਨੀਰਜ अरोड़ा ਤੇ ਹੋਰ ਸਬੰਧਿਤ ਲੋਕਾਂ ਦੀ 2.24 ਕਰੋੜ 24 ਲੱਖ ਦੀ ਜਾਇਦਾਦ ਵੀ ਅਟੈਚ ਕੀਤੀ ਹੈ ਇਦੇ ਵਿੱਚ 17 ਕਰੋੜ 58 ਰੁਪਏ ਦੀ ਚਲ ਅਚਲ ਅਤੇ 4 ਕਰੋੜ 38 ਲੱਖ ਰੁਪਏ ਦਾ ਜਿਹੜਾ ਬੈਂਕ ਬੈਲੈਂਸ ਸ਼ਾਮਿਲ ਹੈ ਇਸ ਠੱਗ ਨੀਰਜ ਨੇ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਤੇ ਮੱਧ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ ਦੇ ਵਿੱਚ 20 ਲੋਕਾਂ ਨਾਲ ਧੋਖਾਧੜੀ ਕੀਤੀ ਤੇ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਨੇਚਰ ਹਾਈਟਸ ਦੇ ਵਿਰੁੱਧ ਨਿਵੇਸ਼ਕਾਂ ਨੇ ਧੋਖਾਧੜੀ ਦੇ 31 ਮਾਮਲੇ ਦਰਜ ਕਰਵਾਏ ਸੀ ਇਸ ਦੌਰਾਨ 7 ਹੋਰ ਮਾਮਲੇ ਵੀ ਸਾਹਮਣੇ ਹੋਏ ਜਦੋਂ ਜਾਂਚ ਚੱਲੀ ਉਸ ਤੋਂ ਬਾਅਦ 7 ਹੋਰ ਮਾਮਲੇ ਸਾਹਮਣੇ ਆਏ ਜਾਇਦਾਦ ਦੀ ਖਰੀਦੋ-ਫਰੋਖਤ ਵਿੱਚ 500 ਕਰੋੜ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਨੀਰਜ ਅਰੋੜਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 9 ਸਾਲ ਪਹਿਲਾਂ 100 ਦੇ ਕਰੀਬ ਨਿਵੇਸ਼ਕਾਂ ਨੇ ਤਹਿਸੀਲ ਦੇ ਬਾਹਰ ਕਰਨਾ ਪ੍ਰਦਰਸ਼ਨ ਕੀਤਾ ਸੀ ਇਸ ਠੱਗ ਦੀ ਖਬਰ ਤੋਂ ਬਾਅਦ ਇੱਕ ਸਮਾਜ ਸੇਵੀ ਅਰਤੀ ਖਬਰ ਵੀ ਸੁਣਾ ਦਿੰਦੇ ਆ ਜਿਸ ਨੂੰ ਧੋਖਾਧੜੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਸਮਾਜ ਸੇਵੀ ਅਤੇ ਕਾਂਗਰਸ ਦੇ ਲੀਡਰ ਰਹਿ ਚੁੱਕੇ ਮਨਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਵਾਰੀ ਫੇਰ ਗ੍ਰਿਫਤਾਰੀ ਹੋਈ ਹੈ ਪਹਿਲਾਂ ਵੀ ਇਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ ਹੈ ਮਨਜੀਤ ਕੌਰ ਚੰਡੀਗੜ੍ਹ ਤੇ ਮੁਹਾਲੀ ਦੇ ਕਰੀਬ ਮੁਹਾਲੀ ਦੇ ਵਿੱਚ ਕਰੀਬ 30 ਮਾਮਲਿਆਂ 'ਚ ਮੋਲਜ਼ਮ ਹੈ ਜਦਕਿ 4 ਮਾਮਲਿਆਂ ਦੇ ਵਿੱਚ ਫਰਾਰ ਹੈ 7 ਮਾਮਲਿਆਂ 'ਚ ਇਹਨੂੰ ਜ਼ਮਾਨਤ ਮਿਲੀ ਹੋਈ ਹੈ ਇਸ ਵਾਰੀ ਮਨਜੀਤ ਕੌਰ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਇਲਜ਼ਾਮ ਨੇ ਕਿ ਵਰਣ ਜੈਨ ਦੇ ਨਾਲ ਸੈਕਟਰ 38 ਦੇ ਵਿੱਚ ਹਾਊਸਿੰਗ ਬੋਰਡ ਕੋਟੇ ਦਾ ਪਏ ਦੀ ਠੱਗੀ ਕੀਤੀ ਇਸ ਮਾਮਲੇ ਚ ਮਨਜੀਤ ਕੌਰ ਤੋਂ ਇਲਾਵਾ ਉਸਦੀ ਨੂਹ ਤੇ ਦੋ ਪ੍ਰਾਪਰਟੀ ਡੀਲਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਫਿਲਹਾਲ ਮਨਜੀਤ ਕੌਰ ਦੀ ਨੂਹ ਮੌਲਿਕਾ ਫਰਾਰ ਦੱਸੀ ਜਾ ਰਹੀ ਹੈ ਤੇ ਉਸ ਦੀ ਗ੍ਰਿਫਤਾਰੀ ਦੇ ਲਈ ਵੀ ਛਾਪੇ ਮਾਰੇ ਜਾ ਰਹੇ ਨੇ ਤੁਹਾਡੇ ਸਭ ਦੇ ਲਈ ਕੁਝ ਖਾਸ ਤੇ ਜ਼ਰੂਰੀ ਖਬਰਾਂ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੂਸਰੇ ਫਰਜ਼ੰਦ ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੰਦੇ ਹਾਂ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਅਜਿਹਾ ਜੋਹਰ ਦਿਖਾਏ ਸਨ ਕਿ ਦੁਸ਼ਮਣ ਵੀ ਬੁੱਲ ਟੁੱਕਦਾ ਰਹਿ ਗਿਆ ਸੀ ਵੱਡੀ ਗਿਣਤੀ ਦੇ ਵਿੱਚ ਦੁਸ਼ਮਣ ਨੂੰ ਭਾਜੜਾ ਪਾ ਕੇ ਉਹਨਾਂ ਨੇ ਵੀਰਗਤੀ ਪ੍ਰਾਪਤ ਕੀਤੀ ਸੀ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਸਿਆਸੀ ਤੇ ਧਾਰਮਿਕ ਲੀਡਰਾਂ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਜਨਮ ਦਿਵਸ ਤੇ ਸਭ ਤੋਂ ਵਧਾਈ ਦਿੱਤੀ ਹੈ। ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਖੁਸ਼ਖਬਰੀ ਹੈ ਕਿ ਉਹਨਾਂ ਦਾ ਇੱਕ ਹੋਰ ਗੀਤ ਕੱਲ ਯਾਨੀ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਸਿੱਧੂ ਮੂਸੇਵਾਲੇ ਦੇ ਦੁਨੀਆ ਤੇ ਜਾਣ ਤੋਂ ਬਾਅਦ ਇਹ ਉਸਦਾ 6ਵਾਂ ਗੀਤ ਹੈ ਜਿਸ ਨੂੰ ਰੈਪਰ ਤੇ ਮੂਸੇਵਾਲੇ ਨੇ ਪੂਰਾ ਕੀਤਾ ਹੈ ਗੀਤ ਦਾ ਕਵਰ ਰਿਲੀਜ਼ ਕਰ ਦਿੱਤਾ ਗਿਆ ਹੈ ਤੇ ਮੂਸੀ ਵਾਲੇ ਦੇ ਪ੍ਰਸ਼ੰਸਕਾਂ ਦੇ ਲਈ 2 ਮਹੀਨਿਆਂ ਦੇ ਵਿੱਚ ਦੂਸਰੀ ਖੁਸ਼ਖਬਰੀ ਹੈ ਪਿਛਲੇ ਮਹੀਨੇ ਹੀ ਮੂਸੀ ਵਾਲੇ ਦੇ ਘਰ ਉਸਤੇ ਛੋਟੇ ਭਰਾ ਦਾ ਜਨਮ ਹੋਇਆ ਸੀ ਕੱਲ ਨੂੰ ਰਿਲੀਜ਼ ਹੋਣ ਵਾਲੇ ਗੀਤ ਦਾ ਨਾਮ 410 ਰੱਖਿਆ ਗਿਆ ਹੈ ਤੇ ਇਹੀ ਕਾਰਨ ਹੈ ਕਿ ਇਹ ਗੀਤ ਵੀ 4ਵੇਂ ਮਹੀਨੇ ਦੀ 10 ਤਰੀਕ ਨੂੰ ਹੀ ਰਿਲੀਜ਼ ਹੋ ਰਿਹਾ ਹੈ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਲਈ ਖੁਸ਼ਖਬਰੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਵਿਦੇਸ਼ੀ ਕੈਦੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਹਿਮ ਫੈਸਲਾ ਸੁਣਾਇਆ ਹੈ ਜੇਲ੍ਹਾਂ ਵਿੱਚ ਬੰਦ ਵਿਦੇਸ਼ੀ ਨਾਗਰਿਕ ਛੇਤੀ ਹੀ ਆਪਣੇ ਪਰਿਵਾਰਾਂ ਨਾਲ ਵੀਡੀਓ ਕਾਲ ਜਾਂ ਫੋਨ ਰਾਹੀਂ ਗੱਲ ਕਰ ਸਕਣਗੇ ਹਾਈ ਕੋਰਟ ਨੇ ਉਹਨਾਂ ਦੇ ਲਈ ਇਹ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਕਿ ਉਹ ਆਪਣੇ ਘਰ ਬੈਠੇ ਰਿਸ਼ਤੇਦਾਰਾਂ ਦੇ ਨਾਲ ਟੈਲੀਫੋਨ ਤੇ ਸੰਪਰਕ ਕਰ ਸਕਣ ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰੀ ਉਹਨਾਂ ਦੇ ਨਾਲ ਉਹ ਦੇਖ ਕੇ ਆਹਮੋ ਸਾਹਮਣੇ ਗੱਲ ਕਰ ਸਕਣ 84 ਸਾਲ ਦੀ ਬੇਬੇ ਭਗਵੰਤ ਕੌਰ ਨੇ ਕਿਸ ਦੀ ਜ਼ਿੰਦਗੀ ਰੋਸ਼ਨ ਕੀਤੀ ਹੈ ਵੀ ਦੱਸ ਦਿੰਨੇ ਆ ਚੰਡੀਗੜ੍ਹ ਦੇ ਸੈਕਟਰ 15ਏ ਦੀ ਰਹਿਣ ਵਾਲੀ ਭਗਵੰਤ ਕੌਰ ਦੇ 84 ਸਾਲ ਵਿੱਚ ਅਕਾਲ ਚਲਾਣੇ ਬਾਅਦ ਅੱਖਾਂ ਦਾਣ ਕੀਤੀਆਂ ਗਈਆਂ ਰੋਟਰੀ ਕਲੱਬ ਦੇ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਰੋਟੇਰੀਅਨ ਦਿਲਰਾਜ ਸਿੰਘ ਨੇ ਰੋਟਰੀ ਕਲੱਬ ਨੂੰ ਫੋਨ ਕੀਤਾ ਕਿ ਮਾਸੇ ਦੀ ਜਾਨ ਚਲੀ ਗਈ ਹੈ ਤੇ ਉਸਨੇ ਆਪਣੀਆਂ ਅੱਖਾਂ ਦਾਣ ਕਰਨੀਆਂ ਹਨ ਫਿਰ ਅੱਖਾਂ ਜਿਹੜੀਆਂ ਨੇ ਬੇਬੇ ਭਗਵੰਤ ਕੌਰ ਦੀਆਂ ਵਿਭਾਗ ਦੇ ਵੱਲੋਂ ਲਿਆਂਦੀਆਂ ਗਈਆਂ ਜਿਨ੍ਹਾਂ ਰਾਹੀਂ ਇੱਕ ਹੋਰ ਲੋੜਵੰਦ ਵਿਅਕਤੀ ਦੀਆਂ ਅੱਖਾਂ ਨੂੰ ਰੌਸ਼ਨੀ ਦਿੱਤੀ ਗਈ। ਪੀਜੀਆਈ ਚੰਡੀਗੜ੍ਹ ਜੁੜਵੇਂ ਬੱਚਿਆਂ ਦਾ ਵੀ ਹੱਬ ਬਣਿਆ ਹੈ। ਪੀਜੀਆਈ ਦੇ ਵਿੱਚ 1 ਸਾਲ 'ਚ 134 ਗਰਭਵਤੀ ਔਰਤਾਂ ਨੇ ਇਕੱਠਿਆਂ 2 ਬੱਚਿਆਂ ਨੂੰ ਜਨਮ ਦਿੱਤਾ ਹੈ। ਯਾਨੀ ਕਿ ਟਵਿੰਸ ਹੋਏ ਨੇ 134 ਮਹਿਲਾਵਾਂ ਦੇ। 2023 ਦੇ ਵਿੱਚ ਪੀਜੀਆਈ 'ਚ ਕੁੱਲ 5416 ਬੱਚਿਆਂ ਦਾ ਜਨਮ ਹੋਇਆ ਜਿਨ੍ਹਾਂ ਵਿੱਚੋਂ 26 ਬੱਚੇ ਜੁੜਵਾ ਪੈਦਾ ਹੋਏ ਨੇ। 2022 ਵਿੱਚ 230 ਬੱਚੇ ਜੁੜਵਾ ਪੈਦਾ ਹੋਣ ਦੀ ਰਿਪੋਰਟ ਹੈ। ਸੋਨੇ ਤੋਂ ਬਾਅਦ ਸ਼ੇਅਰ ਬਾਜ਼ਾਰ ਨੇ ਵੀ ਰਿਕਾਰਡ ਬਣਾਇਆ ਹੈ ਅੱਜ 9 ਅਪ੍ਰੈਲ ਨੂੰ ਸੈਂਸੈਕਸ 75000 ਦਾ ਲੈਵਲ ਪਾਰ ਕਰ ਗਿਆ ਨਿਫਟੀ ਵੀ 22765 ਦੇ 올 ਟਾਈਮ ਹਾਈ ਤੇ ਪਹੁੰਚ ਗਿਆ ਹੈ ਇਸ ਤੋਂ ਪਹਿਲਾਂ ਸੋਨਾ 71000 ਪਾਰ ਕਰ ਚੁੱਕਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ 20 ਮਈ ਨੂੰ ਮੁੰਬਈ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਦੀ ਵਜ੍ਹਾ ਕਰਕੇ ਸ਼ੇਅਰ ਬਾਜ਼ਾਰ ਬੰਦ ਰਹੂਗਾ ਹਰਿਆਣਾ ਦੇ ਗੁਰੂਗ੍ਰਾਮ ਸੈਕਟਰ 109 ਦੇ ਵਿੱਚ ਬਣੀ ਚਿੰਤਲ ਸੁਸਾਇਟੀ ਵਿੱਚ ਰਹਿਣ ਵਾਲੇ ਲੋਕਾਂ ਤੇ ਵੱਡਾ ਪਹਾੜ ਟੱਗਿਆ ਹੈ ਕਿਉਂਕਿ ਇਸ ਸੁਸਾਇਟੀ ਦੇ 5 ਟਾਵਰ ਅਸੁਰੱਖਿਅਤ ਹੋਣ ਕਰਕੇ ਟਾਹੇ ਜਾਣਗੇ। ਦਰਅਸਲ 2 ਸਾਲ ਪਹਿਲਾਂ ਇਸ ਸੁਸਾਇਟੀ ਦੇ D ਟਾਵਰ ਵਿੱਚ ਇੱਕ ਸ਼ਾਮ 4 ਫਲੈਟਾਂ ਦੇ ਡ్రਾਈਂਗ ਰੂਮ ਦੀ ਛੱਤ ਡਿੱਗ ਗਈ ਸੀ। ਕਈ ਲੋਕ ਜ਼ਖਮੀ ਹੋਏ ਸਨ, 2 ਔਰਤਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪੂਰੀ ਸੁਸਾਇਟੀ ਨੂੰ ਸੀਲ ਕਰ ਦਿੱਤਾ ਸੀ। ਜਦੋਂ ਇਸ ਸੁਸਾਇਟੀ ਦੇ ਟਾਵਰਾਂ ਦੀ ਬਣਤਰ ਦਾ ਆਡਿਟ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਸਾਰੀ ਸੁਸਾਇਟੀ ਦੇ 5 ਟਾਵਰ ਰਹਿਣ ਯੋਗ ਹੀ ਨਹੀਂ ਹਨ। ਆਡਿਟ ਰਿਪੋਰਟ ਦੇ ਬਾਅਦ ਸੁਰੱਖਿਆ ਮਾਪਦੰਡ ਤੈਅ ਕਰਨ ਲਈ ਬਣਾਈ ਕਮੇਟੀ ਨੇ ਦੱਸਿਆ ਕਿ ਇੱਥੋਂ ਲੋਕਾਂ ਇੱਥੇ ਲੋਕਾਂ ਦਾ ਰਹਿਣਾ ਬਿਲਕੁਲ ਵੀ ਸੁਰੱਖਿਤ ਨਹੀਂ ਹੈ ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਇਹਨਾਂ ਟਾਵਰਾਂ ਨੂੰ ਟਾਉਣਾ ਹੀ ਸਹੀ ਹੋਵੇਗਾ 7 ਮਾਰਚ ਨੂੰ ਬਿਲਡਰ ਨੇ ਪ੍ਰਸ਼ਾਸਨ ਤੋਂ ਇਹਨਾਂ ਟਾਵਰਾਂ ਨੂੰ ਟਾਉਣ ਦੀ ਇਜਾਜ਼ਤ ਮੰਗੀ ਜਿਸ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਸਚਕਣ ਸ੍ਰੀ ਹਰਮੰਦਰ ਸਾਹਿਬ ਪਰਿਸਰ ਦੇ ਅੰਦਰ ਸਥਿਤ ਕੇਂਦਰੀ ਸਿੱਖ ਪੰਜਾਬ ਕਰ ਦੇ ਵਿੱਚ ਅੱਜ ਚਾਰ ਪ੍ਰਮੁੱਖ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਨੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਹਰਚਰਨ ਸਿੰਘ ਮਹਾਲੋਂ ਗੁਰਮਤ ਸੰਗੀਤ ਦੇ ਉਸਤਾਦ ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਪੰਥਕ ਕਵੀ ਅੱਲਾ ਯਾਰ ਖਾਨ ਯੋਗੀ ਤੇ ਬਾਬਾ ਹਜ਼ਾਰਾ ਸਿੰਘ ਕਾਰਸੇਵਾ ਗੁਰੂ ਕਾ ਬਾਗ ਵਾਲਿਆਂ ਦੀਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਦਰਬੀਰ ਸਿੰਘ ਅਤੇ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇਹ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਉੱਤਰਾਖੰਡ ਦੇ ਗੁਰਦੁਆਰਾ ਨਾਨਕ ਮਤਾ ਦੇ ਕਾਰ ਸੇਵਾ ਮੁਖੀ ਬਾਬਾ ਤਰਸੀਮ ਸਿੰਘ ਮਾਮਲੇ ਦੇ ਮੁੱਖ ਮੁਲਜ਼ਮ ਅਮਰਜੀਤ ਸਿੰਘ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਖਤਮ ਕਰ ਦਿੱਤਾ ਗਿਆ ਹੈ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ ਨੇ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਪੁਲਿਸ ਮੁਤਾਬਿਕ ਹਰਦਵਾਰ ਦੇ ਭਗਵਾਨਪੁਰਾ ਇਲਾਕੇ ਵਿੱਚ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ ਦਾ ਮੁਲਜ਼ਮਾਂ ਦੇ ਨਾਲ ਮੁਕਾਬਲਾ ਹੋਇਆ ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਬਿੱਟੂ ਦਾ ਸਾਥੀ ਸਰਬਜੀਤ ਸਿੰਘ ਮੌਕੇ ਤੇ ਫਰਾਰ ਹੋਣ ਤੋਂ ਕਾਬਜਾ ਫਰਾਰ ਹੋਣ 'ਚ ਕਾਮਯਾਬ ਹੋ ਗਿਆ ਜਦਕਿ ਜਿਹੜਾ ਦੂਸਰਾ ਅਮਰ ਅਮਰਜੀਤ ਸਿੰਘ ਸੀ ਉਹ ਪੁਲਿਸ ਮੁਕਾਬਲੇ ਦੇ ਵਿੱਚ ਢੇਰ ਹੋ ਗਿਆ ਪੁਲਿਸ ਨੇ ਇਹ ਵੀ ਦੱਸਿਆ ਕਿ ਅਮਰਜੀਤ ਸਿੰਘ ਖਿਲਾਫ 16 ਤੋਂ ਵੱਧ ਕੇਸ ਦਰਜ ਨੇ ਤੇ ਉਸ ਦੇ ਸਿਰ ਤੇ 1 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ ਇਸ ਮਾਮਲੇ ਵਿੱਚ ਤਿੰਨ ਹੋਰ ਮੌਲਸਮਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪੁਲਿਸ ਮੁਤਾਬਕ ਕਥਿਤ ਤੌਰ ਤੇ ਮੌਲਸਮਾਨ ਨੂੰ ਇਕੱਠਾ ਕਰਨ ਸਰੋਤ ਮੁਹੱਈਆ ਕਰਵਾਉਣ ਤੇ ਹਥਿਆਰਾਂ ਦੀ ਸਪਲਾਈ ਕਰਕੇ ਅਪਰਾਧ ਨੂੰ ਅੰਜਾਮ ਦੇਣ ਵਰਗੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਸ਼ਾਮਿਲ ਸਨ ਜਿਹੜੇ ਤਿੰਨ ਹੋਰ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਆ ਦੋਵੇਂ ਜਿਨ੍ਹਾਂ ਨਾਲ ਪੁਲਿਸ ਮੁਕਾਬਲਾ ਹੋਇਆ ਇਹਨਾਂ ਨੇ ਮੁੱਖ ਤੌਰ ਤੇ ਬਾਬਾ ترਸੀਮ ਸਿੰਘ ਨੂੰ ਖਤਮ ਕੀਤਾ ਸੀ ਇਸ ਸਾਜਿਸ਼ ਦੇ ਵਿੱਚ ਕਾਰ ਸੇਵਾ ਦੇ ਇੱਕ ਸੇਵਾਦਾਰ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਸੀ ਕਾਰ ਸੇਵਾ ਮੁਖੀ ਤਰਸੀਮ ਸਿੰਘ ਨੂੰ ਜਨਵਰੀ ਤੋਂ ਧਮਕੀਆਂ ਮਿਲ ਰਹੀਆਂ ਸਨ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਬਹੁਤਾ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਸੀ ਇਸ ਤੋਂ ਬਾਅਦ 28 ਮਾਰਚ ਨੂੰ ਤਰਸੀਮ ਸਿੰਘ ਨੂੰ ਉਹਨਾਂ ਦੇ ਗੁਰਦੁਆਰੇ ਦੇ ਵਿੱਚ ਹੀ پارک ਦੇ ਵਿੱਚ ਬੈਠਿਆਂ ਸ਼ਰੇਆਮ ਗੋਲੀਆਂ ਮਾਰ ਕੇ ਪੁੰਨ ਦਿੱਤਾ ਗਿਆ ਸੀ ਉਹ ਐਸਟੀਐਫ ਦੁਆਰਾ ਇੱਕ ਸੂਚਨਾ ਮuje دی ਗਈ تھی ਕਿ ਕੁਝ ਸੰਦੇਗ ਵਿਅਕਤੀ सहारनपुर की साइड से हरिद्वार क्रॉस करते हुए मुरादाबाद की ओर को जाएंगे आ, इस पर तत्काल मेरे द्वारा सूचना फ्लैश की गई थी और लगातार देहात और सिटी क्षेत्र में चेकिंग चल रही थी इस बीच हमें यह सूचना प्राप्त हुई थी कि भगवानपुर में एक बैरियर को क्रॉस करके एक संदिग्ध बाहि बाइक से दो व्यक्ति वहां से निकले हैं आ, जिनका पीछा किया गया उनको रोकने की कोशिश की गई उनके द्वारा फायर किया गया था हमारे सुरक्षा बलों के ऊपर जिस पर पुलिस द्वारा तत्काल उसको न्यूट्रलाइज किया गया उसमें एक व्यक्ति जो घायल था उसे तत्काल हॉस्पिटल ले जाया गया था जहां पर उसकी मृत्यु हो गई थी एक व्यक्ति भागने में कामयाब रहा था जिसकी अभी हम लोग कॉम्बिंग कर रहे हैं जो व्यक्ति हॉस्पिटल ले जाया गया था और उसे ब्रॉडडेड घोषित किया गया है उसकी पहचान अमरजीत के नाम से हुई है जो एक लाख का इनामी भी है और बाबा तरशेम ਡੇਰਾ ਸਾਹਿਬ ਆਬਾ ਤਰਸੀਮ ਜੀ ਦੀ ਹੱਤਿਆ ਮੇਂ ਸ਼ਾਮਿਲ ਮੁੱਖ ਵਿਅਕਤੀ ਵੀ ਹੈ। ਕੈਨੇਡਾ ਦੇ ਵਿੱਚ ਵੀ ਇੱਕ ਵੱਡੀ ਘਟਨਾ ਵਾਪਰੀ ਹੈ। ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਇੱਕ ਨਾਮੀ ਬਿਲਡਰ ਤੇ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ। ਇਹ ਘਟਨਾ ਜਾਨ ਗਵਾਉਣ ਵਾਲੇ ਬੂਟਾ ਸਿੰਘ ਗਿੱਲ ਜਿਸ ਦਾ ਪਿਛਲਾ ਪਿੰਡ ਲਾਂਦੜਾ ਨੇੜੇ ਫਲੋਰ ਹੈ ਉਸ ਦੇ ਕਾਰੋਬਾਰ ਨਾਲ ਜੁੜੀ ਇੱਕ ਕੰਸਟਰਕਸ਼ਨ ਸਾਈਟ ਤੇ ਵਾਪਰੀ ਦੱਸੀ ਜਾ ਰਹੀ ਹੈ ਜੋ ਮਿਲਵੁੱਡ ਰਿਕਸ ਸੈਂਟਰ ਦੇ ਨੇੜੇ ਸਥਿਤ ਹੈ। ਜਾਣਕਾਰੀ ਮੁਤਾਬਕ ਹਮਲਾਵਰ ਜਿਸ ਦਾ ਨਾਮ ਨਿੱਕ ਢਾਲੀਵਾਲ ਹੈ ਉਹ ਵੀ ਕੰਸਟਰਕਸ਼ਨ ਦੇ ਕਿਤੇ ਨਾਲ ਬਤੌਰ ਰੂਫਰ ਜੁੜਿਆ ਹੋਇਆ ਸੀ ਇਸ ਘਟਨਾ ਦਾ ਤੀਜਾ ਸ਼ਿਕਾਰ ਸਰਵਜੀਤ ਸਿੰਘ ਦੱਸਿਆ ਗਿਆ ਜੋ ਇੱਕ ਸਿਵਲ ਇੰਜੀਨੀਅਰ ਹੈ ਸਖਤ ਤੇ ਹੁਣ ਇਸ ਵਕਤ ਜ਼ਖਮੀ ਹਾਲਤ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਸੂਤਰ ਦੱਸਦੇ ਨੇ ਕਿ ਤਿੰਨੇ ਜਣੇ ਕੰਸਟਰਕਸ਼ਨ ਸਾਈਟ ਤੇ ਮੌਜੂਦ ਸਨ ਜਦੋਂ ਗਿੱਲ ਤੇ ਢਾਲੀਵਾਲ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਲਖ ਕਲਾਮੀ ਹੋ ਗਈ ਜਿਸ ਤੋਂ ਬਾਅਦ ਢਾਲੀਵਾਲ ਨੇ ਆਪਣਾ ਪਿਸਤੌਲ ਕੱਢਿਆ ਤੇ ਗੋਲੀਆਂ ਵਾਰਾ ਦਿੱਤੀਆਂ ਢਾਲੀਵਾਲ ਦੀ ਮੌਕੇ ਤੇ ਹੀ ਜਾਨ ਚਲੀ ਗਈ ਇੰਜੀਨੀਅਰ ਸਰਬਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਪਤਾ ਲੱਗਿਆ ਕਿ ਘਟਨਾ ਤੋਂ ਬਾਅਦ ਨਿੱਕ ਢਾਲੀਵਾਲ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਤੇ ਮੌਕੇ ਤੇ ਹੀ ਉਸ ਦੀ ਵੀ ਜਾਨ ਚਲੇ ਗਈ ਸੋ ਇਹ ਵੱਡੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਕੈਨੇਡਾ ਦੇ ਵਿੱਚ ਵਾਪਰੀ ਹੈ ਚੰਡੀਗੜ੍ਹ ਦੇ ਸੈਕਟਰ 35 ਵਿੱਚ ਜੇ ਡਬਲਯੂ ਮੈਰੀਟ ਹੋਟਲ ਦੇ ਨਾਲ ਲੱਗਦੇ ਪਾਰਕ ਦੇ ਵਿੱਚ ਇੱਕ ਕੁੜੀ ਨੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਪੀੜਤ ਕੁੜੀ ਮੁਹਾਲੀ ਦੇ ਸੁਹਾਣਾ ਦੇ ਲੈਣ ਵਾਲੀ ਦੱਸੀ ਜਾ ਰਹੀ ਹੈ ਇਸ ਨੂੰ ਸੈਕਟਰ 16 ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਸ ਦੀ ਗੰਭੀਰ ਹਾਲਤ ਨੂੰ ਦੇਖਦੇ ਆ ਪੀਜੀਐਮ ਵੀ ਰੈਫਰ ਕਰ ਦਿੱਤਾ ਗਿਆ ਸੀਐਫਐਸਐਲ ਸੀਐਫਐਸਐਲ ਦੀ ਟੀਮ ਨੇ ਘਟਨਾ ਕੀਤਾ ਤਾਂ ਇੱਕ ਬੋਤਲ ਲੜਕੀ ਦੇ ਸੈਂਡਲ ਤੇ ਸੜੇ ਹੋਏ ਕੱਪੜਿਆਂ ਸਮੇਤ ਹੋਰ ਸਮਾਨ ਬਰਾਮਦ ਕੀਤਾ ਹੈ ਜਾਣਕਾਰੀ ਮੁੱਢਲੀ ਤੋਂ ਪਤਾ ਲੱਗਿਆ ਕਿ ਇੱਕ ਲड़का ਤੇ ਲੜਕੀ ਪਾਰਕ ਵਿੱਚ ਖੜੇ ਸਨ ਦੋਵਾਂ 'ਚ ਬਹਿਸ ਹੋਈ ਫਿਰ ਲੜਕੀ ਅੱਗ ਦੀ ਚਪੇਟ ਵਿੱਚ ਆ ਜਾਂਦੀ ਹੈ ਹਜੇ ਘਟਨਾ ਦਾ ਕਾਰਨ ਸਾਹਮਣੇ ਤਾਂ ਨਹੀਂ ਆਇਆ ਪਰ ਸੰਕੇਤ ਜ਼ਰੂਰ ਮਿਲੇ ਨੇ ਕਿ ਕੀ ਹੋਇਆ ਹੋਏਗਾ ਹਾਲਾਂਕਿ ਇਹ ਵੀ ਸਾਹਮਣੇ ਨਹੀਂ ਆਇਆ ਕਿ ਲੜਕੀ ਨੇ ਆਪ ਆਪਣੇ ਆਪ ਨੂੰ ਅੱਗ ਲਾਈ ਜਾਂ ਫਿਰ ਲੜਕੇ ਨੇ ਪੀੜਤ ਲੜਕੀ 90 ਫੀਸਦੀ ਤੋਂ ਜ਼ਿਆਦਾ ਸੜ ਚੁੱਕੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਵਾਰਦਾਤ ਵਾਪਰੀ ਹੈ ਇਥੋਂ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ ਸ਼ੇਰਾਂ ਦੀ ਅਜਨਾਲਾ ਦੇ ਅਧੀਨ ਪਿੰਡ ਨਾਨੋਕੇ ਕਣਕ ਦੇ ਖੇਤਾਂ ਵਿੱਚ ਸ਼ੱਕੀ ਹਾਲਤ ਵਿੱਚ ਦੇ ਮਿਲੀ ਹੈ ਜਾਨ ਗਵਾਉਣ ਵਾਲੇ ਦੀ ਸੱਸ ਨੇ ਦੱਸਿਆ ਕਿ ਕੁਝ ਮੁਲਜ਼ਮ ਸਿਵਲ ਵਰਦੀ ਦੇ ਵਿੱਚ 26 ਫਰਵਰੀ ਨੂੰ ਮ੍ਰਿਤਕ ਸੰਦੀਪ ਸਿੰਘ ਉਰਫ ਸ਼ੇਰਾਂ ਨੂੰ ਉਹਨਾਂ ਦੇ ਘਰ ਤੋਂ ਇਹ ਕਹਿ ਕੇ ਲੈ ਗਏ ਕਿ ਕਿਸੇ ਕੇਸ ਵਿੱਚ ਪੁੱਛ ਪੜਤਾਲ ਕਰਨੀ ਹੈ ਬਾਅਦ ਵਿਚ ਸੰਦੀਪ ਫੋਨ ਤੇ ਘਰਗੱਲ ਕਰਦਾ ਰਿਹਾ ਪਰ ਅਚਾਨਕ ਸੰਦੀਪ ਦੀ ਜਾਨ ਜਾਣ ਦੀ ਖਬਰ ਮਿਲਦੀ ਹੈ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਈ ਹੈ ਉਸਦੀ ਪਤਨੀ ਹੁਣ ਸਾਹਮਣੇ ਆਈ ਹੈ ਜ਼ਾਹਿਰ ਤੌਰ ਤੇ ਨਵਾਂ ਵਿਆਹ ਹੋਇਆ ਸੀਗਾ ਤੇ ਥੋੜੇ ਦਿਨ ਪਹਿਲਾਂ ਵਿਆਹ ਦੀ ਪਹਿਲੀ ਐਨੀਵਰਸਰੀ ਸੀ ਅਤੇ ਉਸਨੇ ਰੋ ਰੋ ਕੇ ਦੱਸਿਆ ਕਿ ਇਸ ਸਾਰੇ ਮਾਮਲੇ ਦੇ ਵਿੱਚ ਉਸਦੇ ਪਤੀ ਨੂੰ ਫਸਾਇਆ ਗਿਆ ਤੇ ਫਿਰ ਪੁਲਿਸ ਦੇ ਵੱਲੋਂ ਉਸ ਨੂੰ ਖਤਮ ਕੀਤੇ ਜਾਣ ਦਾ ਪਤਨੀ ਨੇ ਸ਼ੱਕ ਜਤਾਇਆ ਹੈ ਡੇਰਾਬਾਬਾ ਨਾਨਕ ਤੋਂ ਹੀ ਅਗਲੀ ਖਬਰ ਹੈ ਜਿੱਥੇ ਭਾਰਤ ਪਾਕਿਸਤਾਨ ਦੀ ਕਮਾਂਤਰੀ ਤੇ ਤਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਦੇ ਜਵਾਨ ਵੱਲੋਂ ਸਰਕਾਰੀ ਰਾਈਫਲ ਦੇ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਖਬਰ ਮਿਲੀ ਹੈ ਡਿਊਟੀ ਤੇ ਤਨਾਤ ਬੀਐਸਐਫ ਦੇ ਜਵਾਨ ਦਾ ਨਾਮ ਰਾਜਵੀਰ ਸਿੰਘ ਸੀ ਇਹ ਤੜਕੇ ਆਪਣੇ ਇੱਕ ਸਾਥੀ ਸਮੇਤ ਇਲਾਕੇ ਦੀ ਗਸ਼ਤ ਕਰ ਰਿਹਾ ਸੀ ਇਸ ਦੌਰਾਨ ਰਾਜਵੀਰ ਨੇ ਖੁਦ ਨੂੰ ਕਹਿੰਦੇ ਗੋਲੀਆਂ ਮਾਰ ਰਹੀਆਂ ਮਾਰ ਲਈਆਂ ਸਚਾਈ ਕੀ ਹੈ ਇਹ ਜਾਂਚ ਦੇ ਵਿੱਚ ਹੀ ਪਤਾ ਲੱਗ ਸਕਦਾ ਹੈ ਇਹ ਨੌਜਵਾਨ 2014 ਦੇ ਵਿੱਚ ਭਰਤੀ ਹੋਇਆ ਸੀ 2 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ ਤੇ ਇੱਕ ਭਰਾ ਵੀ ਹੈ ਅਮਰੀਕਾ ਵਿੱਚ ਪਿਛਲੇ ਹਫਤੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਦੀ ਅਮਰੀਕੀ ਸ਼ਹਿਰ ਕਲੀਵਲੈਂਡ ਦੇ ਵਿੱਚ ਦੇਹ ਮਿਲੀ ਹੈ ਇਸ ਦੇਸ਼ ਵਿੱਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੇ ਆ ਇਸ ਸਾਲ 7-8 ਦੇ ਕਰੀਬ ਜਾਨਾ ਜਾ ਚੁੱਕਿਆ ਨੇ ਹਫਤੇ ਦੇ ਅੰਦਰ ਅੰਦਰ ਕਿਸੇ ਭਾਰਤੀ ਵਿਦਿਆਰਥੀ ਦੀ ਜਾਨ ਜਾਣ ਦਾ ਇਹ ਦੂਸਰਾ ਮਾਮਲਾ ਹੈ ਹਾਈਦਰਾਬਾਦ ਦੇ ਨਚਾਰਮ ਦਾ ਰਹਿਣ ਵਾਲਾ ਮੁਹੰਮਦ ਅਬਦੁਲ ਅਰਾਫਤ ਪਿਛਲੇ ਸਾਲ ਮਈ ਦੇ ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਲਈ ਅਮਰੀਕਾ ਆਇਆ ਸੀ ਉੱਤਰਾਖੰਡ ਦੇ ਨੈਣੀਤਾਲ ਜ਼ਿਲ੍ਹੇ ਦੇ ਬੇਤਾਲ ਘਾਟ ਨੇੜੇ ਅੱਜ ਵਾਹਨ ਦੇ 150 ਮੀਟਰ ਡੂੰਘੇ ਖ ਵਿੱਚ ਡਿੱਗਣ ਕਾਰਨ 8 ਜਣਿਆਂ ਦੀ ਜਾਨ ਚਲੀ ਗਈ ਤੇ 2 ਜ਼ਖਮੀ ਹੋ ਗਏ ਨੇ ਪੁਲਿਸ ਮੁਤਾਬਕ ਡਰਾਈਵਰ ਤੋਂ ਇਲਾਵਾ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਨੇਪਾਲ ਦੇ ਮਹਿੰਦਰਨਗਰ ਦੇ ਰਹਿਣ ਵਾਲੇ ਸਨ ਆਪਣੇ ਘਰਾਂ ਨੂੰ ਜਾ ਰਹੇ ਸਨ ਤੇ ਹਾਦਸੇ ਵਕਤ ਗੱਡੀ ਵਿੱਚ 10 ਜਣੇ ਸਵਾਰ ਸਨ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਵਿਰੋਧੀ ਧਿਰ ਮਹਾਵਿਕਾਸ ਅਗਾੜੀ ਮੰਚ ਨੇ ਮਹਾਰਾਸ਼ਟਰ ਦੇ ਵਿੱਚ ਲੋਕ ਸਭਾ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ ਸੀਟ ਸਮਝੌਤੇ ਮੁਤਾਬਕ ਸ਼ਿਵ ਸੇਨਾ ਨੂੰ 21 ਕਾਂਗਰਸ 17 ਅਤੇ ਐਨਸੀਬੀ ਐਨਸੀਪੀ ਐਸਪੀ 10 ਲੋਕ ਸਭਾ ਸੀਟਾਂ ਤੇ ਚੋਣ ਲੜੇਗੀ ਸਮਝਾਤੇ ਦਾ ਐਲਾਨ ਐਨਸੀਪੀ ਐਸਪੀ ਦੇ ਮੁਖੀ ਸ਼ਰਦ ਪਵਾਰ ਸ਼ਿਵਸena ਯੂਬੀਟੀ ਦੇ ਲੀਡਰ ਉਦਵ ਠਾਕਰੇ ਤੇ ਕਾਂਗਰਸ ਮਹਾਰਾਸ਼ਟਰ ਦੇ ਕਾਇਦੇ ਪ੍ਰਧਾਨ ਨਾਨਾ ਪਟੋਲੇ ਨੇ ਕੀਤਾ ਈੜੀ ਨੇ ਡੀਐਮਕੇ ਦੇ ਸਾਬਕਾ ਅਹੁਦੇਦਾਰ ਜ਼ਾਫਰ ਸਾਦਿਕ ਤੇ ਹੋਰਨਾਂ ਦੇ ਖਿਲਾਫ ਡਰਗ ਤਸਕਰੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਤਾਮਿਲ ਲਾਡੂ ਦੇ ਸ਼ਹਿਰਾਂ ਦੇ ਵਿੱਚ ਅੱਜ ਛਾਪੇ ਮਾਰੇ ਡਾਇਰੈਕਟੋਰੇਟ ਦੇ ਅਧਿਕਾਰੀ ਕੇਂਦਰੀ ਅਦਸੈਨਿਕ ਬਲਾਂ ਦੇ ਨਾਲ ਨਾਲ ਸੁਵਿਧ ਰਾਜस्तानी ਚੇਨਈ ਮਦੁਰਾਈ ਅਤੇ ਤਿਰੂਚਿਰਾਪੱlli ਦੇ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ 2 ਸਾਦਿਕ ਫਿਲਮ ਨਿਰਦੇਸ਼ਕ ਅਮੀਰ ਅਤੇ ਕੁਝ ਹੋਰਾਂ ਦੇ ਟਿਕਾਣਿਆਂ ਤੇ ਛਾਪੇ ਮਾਰੇਗੇ ਸਾਦਿਕ ਤਾਮਿਲ ਫਿਲਮ ਨਿਰਮਾਤਾ ਵੀ ਹੈ ਤ੍ਰੈਨਮੂਲ ਕਾਂਗਰਸ ਯਾਨੀ ਕਿ TMC ਦੇ ਲੀਡਰਾਂ ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਚੋਣ ਕਮਿਸ਼ਨ ਦਫਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਿਆ ਸੀ ਉਹਨਾਂ ਨੇ ਅੱਜ ਤੜਕੇ ਵੀ ਮੰਦਰ ਮਾਰਗ ਥਾਣੇ ਵਿੱਚ ਆਪਣਾ ਧਰਨਾ ਜਾਰੀ ਰੱਖਿਆ TMC ਦੇ 10 ਮੈਂਬਰੀ ਵਫਦ ਨੇ ਕੱਲ ਸੋਮਵਾਰ ਨੂੰ ਚੋਣ ਕਮਿਸ਼ਨ ਦੇ ਫੁੱਲ ਬੈਂਚ ਨਾਲ ਮੁਲਾਕਾਤ ਕੀਤੀ ਮੰਗ ਕੀਤੀ ਕਿ ED ਕੇਂਦਰੀ ਜਾਂਚ ਬਿਊਰੋ ਕومی ਜਾਂਚ ਏਜੰਸੀ ਤੇ ਆਮਦਨ ਕਰ ਵਿਭਾਗ ਦੇ ਮੁਖੀਆਂ ਨੂੰ ਬਦਲਿਆ ਜਾਵੇ ਕਿਉਂਕਿ BJP ਦੇ ਕਥਤ ਤੇ ਇਸ਼ਾਰਿਆਂ ਤੇ ਕੰ ਟੀਐਮਸੀ ਲੀਡਰਾਂ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਡਿਵੀਜ਼ਨ ਕਮਿਸ਼ਨਰ ਦਫ਼ਤਰ ਦੇ ਬਾਹਰ 24 ਘੰਟਿਆਂ ਦੇ ਦਰਨੇ ਤੇ ਬੈਠਣਗੇ ਨਵੀਂ ਦਿੱਲੀ ਦੀ ਅਦਾਲਤ ਨੇ ਕਥਿਤ ਆਪਕਾਰੀ ਨੀਤੀ ਕਪਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਦੇ ਵਿੱਚ ਅੱਜ ਭਾਰਤ ਰਾਸ਼ਟ੍ਰ ਸਮਿਤੀ ਵੀਆਰਐਸ ਦੀ ਲੀਡਰ ਕੇ ਕਵਿਤਾ ਦੀ ਨਿਆਇਕ ਹਿਰਾਸਤ 23 ਅਪ੍ਰੈਲ ਤੱਕ ਵਧਾ ਦਿੱਤੀ ਕਵਿਤਾ ਨੂੰ ਪਹਿਲਾਂ ਦਿੱਤੀ ਗਈ 14 ਦਿਨਾਂ ਦੀ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੇ ਅੱਜ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਪੇਸ਼ ਕੀਤਾ ਗਿਆ ਕਵਿਤਾ ਵੱਲੋਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਤੇ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦੇ ਹੋਏ ਈਡੀ ਨੇ ਉਸ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ ਸੀ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸੂਰਜ ਗ੍ਰਹਿਣ ਦੀ ਗੱਲ ਕਰਾਂਗੇ ਪੂਰੇ ਉੱਤਰੀ ਅਮਰੀਕਾ ਮਹਾਦੀਪ ਦੇ ਵਿੱਚ ਪੂਰਨ ਸੂਰਜ ਗ੍ਰਹਿਣ ਕਰਕੇ ਕੱਲ 8 ਅਪ੍ਰੈਲ ਨੂੰ ਅਮਰੀਕਾ ਦੇ ਸਮੇਂ ਤਾਬਿਕ ਦਿਨੇ ਹੀ ਕੁਝ ਸਮੇਂ ਦੇ ਲਈ ਪੂਰਾ ਹਨੇਰਾ ਹੋ ਗਿਆ ਦਿਨ ਦੇ ਵਿੱਚ ਲੋਕਾਂ ਨੇ ਰਾਤ ਵੇਖੀ ਇਹ ਹਨੇਰਾ 4 ਮਿੰਟ ਤੇ 28 ਸਕਿੰਟਾਂ ਤੱਕ ਰਿਹਾ ਜੋ 7 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਲੱਗੇ ਸੂਰਜ ਗ੍ਰਹਿਣ ਦੌਰਾਨ ਹੋਏ ਹਨੇਰੇ ਦੇ ਸਮੇਂ ਨਾਲੋਂ ਲਗਭਗ ਦੁੱਗਣਾ ਰਿਹਾ ਕਿਉਂਕਿ ਚੰਦ ਧਰਤੀ ਦੇ ਨੇੜੇ ਸੀ ਇਹ ਅਮਰੀਕਾ ਦੇ ਕਈ ਮਹੱਤਵਪੂਰਨ ਸ਼ਹਿਰਾਂ ਦੇ ਵਿੱਚੋਂ ਦੇ ਲੰਘਿਆ ਉੱਤਰੀ ਅਮਰੀਕਾ ਵਿੱਚ ਲਗਭਗ ਹਰ ਕਿਸੇ ਨੇ ਘੱਟੋ-ਘੱਟ ਗ੍ਰਹਿਣ ਨੂੰ ਦੇਖਿਆ ਮੈਕਸੀਕੋ ਅਮਰੀਕਾ ਤੇ ਕੈਨੇਡਾ ਦੇ ਲੱਖਾਂ ਲੋਕਾਂ ਨੇ ਦਿਨ ਨੂੰ ਰਾਤ ਵਿੱਚ ਬਦਲਦੇ ਹੋਏ ਬੜੀ ਹੈਰਾਨੀ ਤੇ ਉਤਸ਼ਾਹ ਨਾਲ ਦੇਖਿਆ ਕੱਲ ਸੋਮਵਾਰ ਨੂੰ ਅਮਰੀਕਾ ਸਮੇਂ ਦੇ ਮੁਤਾਬਿਕ ਬਹੁਤ ਸਾਰੇ ਲੋਕਾਂ ਨੇ ਜੋ ਦੇਖਿਆ ਉਹ ਇੱਕ ਵਿਲੱਖਣ ਘਟਨਾ ਸੀ ਜਿਸ ਨੂੰ ਇਤਿਹਾਸਿਕ ਕਿਹਾ ਜਾ ਰਿਹਾ ਹੈ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਾਲੇ ਘੁੰਮ ਰਿਹਾ ਸੀ ਜਿਸ ਨਾਲ ਪੂਰਨ ਸੂਰਜ ਗ੍ਰਹਿਣ ਹੋਇਆ ਇਹ ਗ੍ਰਹਿਣ ਪੂਰੇ ਉੱਤਰੀ ਅਮਰੀਕਾ ਮਹਾਦੀਪ ਦੇ ਵਿੱਚ ਫੈਲ ਗਿਆ ਮੈਕਸੀਕੋ ਦੇ ਤੱਟ ਤੋਂ ਸ਼ੁਰੂ ਹੋ ਕੇ ਨਿਊ ਫਾਉਂਡਲੈਂਡ ਕੈਨੇਡਾ ਦੇ ਵਿੱਚ ਇਸਮਾਪਤ ਹੋਇਆ ਗ੍ਰੈਂਡ ਦਾ ਨਿਆਗਰਾ ਫਾਲਸ ਦੇ ਉੱਤੇ ਬੱਦਲਾਂ ਤੇ ਵੀ ਜ਼ਬਰਦਸਤ ਪ੍ਰਭਾਵ ਦੇਖਿਆ ਇਸ ਨੂੰ ਦੇਖਣ ਵਾਲੇ ਸੱਚਮੁੱਚ ਚੱਕਾ ਚਾਂਦ ਹੋ ਗਏ ਹੈਰਾਨ ਰਹਿ ਗਏ ਕਿਉਂਕਿ ਦਿਨ ਚੜ੍ਹਿਆ ਹੋਵੇ ਧੁੱਪ ਨਿਕਲੀ ਹੋਵੇ ਇੱਕਦਮ ਤੁਹਾਡੇ ਸਾਹਮਣੇ ਰਾਤ ਹੋ ਜੇ ਤੇ ਕ੍ਰਿਸ਼ਮਾ ਤਾਂ ਹੁੰਦਾ ਹੀ ਹੈ ਉਸ ਤੋਂ ਕੁਝ ਮਿੰਟਾਂ ਬਾਅਦ ਫੇਰ ਧੁੱਪ ਚੜ੍ਹ ਜੇ ਸੱਚਮੁੱਚ ਇਹ ਬਹੁਤ ਹੀ ਵਿਲੱਖਣ ਤੇ ਅਦਭੁਤ ਘਟਨਾ ਹੋਵੇਗੀ ਜੇ ਅਸੀਂ ਵੀ ਆਪਣੀਆਂ ਅੱਖਾਂ ਦੇ ਨਾਲ ਦੇਖਾਂਗੇ ਤਾਂ ਅਸੀਂ ਕੁਦਰਤ ਦੇ ਇਸ ਕ੍ਰਿਸ਼ਮੇ ਨੂੰ ਦੇਖ ਕੇ ਹੈਰਾਨ ਰਹਿ ਜਾਵਾਂਗੇ ਦਰਅਸਲ ਸੂਰਜ ਗ੍ਰਹਿਣ ਜਦੋਂ ਲੱਗਦਾ ਹੈ ਤਾਂ ਸੂਰਜ ਨੂੰ ਪੂਰੇ ਤਰੀਕੇ ਦੇ ਨਾਲ ਚੰ드ਰਮਾ ਆਪਣੇ ਪਿੱਛੇ ਟੱਕ ਲੈਂਦਾ ਹੈ ਤੇ ਦਿਨੇ ਹੀ ਹਨੇਰਾ ਛਾ ਜਾਂਦਾ ਹੈ 50 ਸਾਲਾਂ ਬਾਅਦ ਅਜਿਹਾ ਵਾਪਰਿਆ ਕਿ ਪੂਰਨ ਸੂਰਜ ਗ੍ਰਹਿਣ ਲੱਗਿਆ ਹੋਵੇ ਨਹੀਂ ਤਾਂ ਹੁੰਦਾ ਹੈ ਕਿ ਸੂਰਜ ਦੇ ਅੱਧੇ ਜਾਂ ਅੱਧੇ ਤੋਂ ਵੱਧ ਹਿੱਸੇ ਨੂੰ ਚੰ드ਰਮਾ ਟੱਕਦਾ ਹੁੰਦਾ ਹੈ ਉਸ ਨੂੰ ਛੋਟਾ ਸੂਰਜ ਗ੍ਰਹਿਣ ਕਹਿੰਦੇ ਨੇ ਪਰ ਇਹ ਬਹੁਤ ਵੱਡਾ ਵੱਡੇ ਪੱਧਰ ਦਾ ਸੂਰਜ ਗ੍ਰਹਿਣ ਹੁੰਦਾ ਹੈ ਭਾਰਤ ਦੇ ਵਿੱਚ ਹਾਲਾਂਕਿ ਗ੍ਰਹਿਣ ਨਹੀਂ ਦੇਖਿਆ ਗਿਆ ਅਮਰੀਕਾ ਕੈਨੇਡਾ ਦੇ ਲੋਕਾਂ ਨੇ ਦੇਖਿਆ ਸੂਰਜ ਗ੍ਰਹਿਣ ਸਭ ਤੋਂ ਪਹਿਲਾਂ ਮੈਕਸੀਕੋ ਦੇ ਪੱਛਮੀ ਤੱਟ ਤੇ ਸਥ ਆਦੇ ਵਿੱਚ ਸਥਾਨਿਕ ਸਮੇਂ ਦੇ ਮੁਤਾਬਿਕ ਰਾਤ ਨੂੰ 11:07 ਤੇ ਦੇਖਿਆ ਗਿਆ ਚੰ드ਰਮਾ ਸੂਰਜ ਨਾਲੋਂ ਧਰਤੀ ਦੇ 400 ਗੁਣਾ ਨੇੜੇ ਆ ਪਰ ਚੰ드ਰਮਾ ਵੀ ਸੂਰਜ ਨਾਲੋਂ 400 ਗੁਣਾ ਛੋਟਾ ਹੈ ਟੋਟੈਲਿਟੀ ਨਾਂ ਦੀ ਕਿਤਾਬ ਦੇ ਵਿੱਚ ਲੇਖਕ ਮਾਰਕ ਲਿਟਮਨ ਲਿਖਦੇ ਨੇ ਕਿ ਜੇ ਚੰ드ਰਮਾ ਵਿਆਸ ਦੇ ਵਿੱਚ 273 ਕਿਲੋਮੀਟਰ ਛੋਟਾ ਹੁੰਦਾ ਤਾਂ ਹੋਰ ਦੂਰ ਹੁੰਦਾ ਤਾਂ ਲੋਕ ਇਸ ਕਿਸਮ ਦਾ ਸੂਰਜ ਗ੍ਰਹਿਣ ਨਹੀਂ ਦੇਖ ਸਕਦੇ ਸੀ ਇਸ ਦੇ ਕਾਰਨ ਜਦੋਂ ਚੰ드ਰਮਾ ਸੂਰਜ ਅਤੇ ਧਰਤੀ ਦੇ ਵਿਚਾਲੇ ਇੱਕ ਸਿੱਧੀ ਰੇਖਾ ਬਿੰਦੂ ਦੇ ਰੂਪ ਚਾਉਂਦਾ ਹੈ ਤਾਂ ਇਹ ਸੂਰਜ ਨੂੰ ਟੱਕ ਲੈਂਦਾ ਹੈ ਜਿਸ ਤੋਂ ਬਾਅਦ ਅਸੀਂ ਸੂਰਜ ਨੂੰ ਗ੍ਰਹਿਣ ਲੱਗਿਆ ਦੇਖਦੇ ਹਾਂ ਦਿਨ ਦੇ ਵਿੱਚ ਰਾਤ ਦੇਖਦੇ ਆਮ ਤੌਰ ਤੇ ਜਦੋਂ ਦਿਨ ਤੋਂ ਰਾਤ ਹੁੰਦੀ ਹੈ ਜਾਂ ਰਾਤ ਤੋਂ ਦਿਨ ਚੜਦਾ ਹੈ ਤਾਂ ਉਹਦੇ ਵਿੱਚ ਇੱਕ ਸਮਾਂ ਹੁੰਦਾ ਹੈ ਹਰੇਕ ਰਾਤ ਤੋਂ ਬਾਅਦ ਹੌਲੀ-ਹੌਲੀ ਚਾਨਣ ਹੁੰਦਾ ਹੈ ਹੌਲੀ-ਹੌਲੀ ਦਿਨ ਚੜ੍ਹਦਾ ਹੈ ਫਿਰ ਚਾਨਣ ਤੋਂ ਬਾਅਦ ਹੌਲੀ-ਹੌਲੀ ਸੂਰਜ ਨਿਕਲਦਾ ਹੈ ਧੁੱਪ ਚੜ੍ਹਦੀ ਹੈ ਤੇ ਫਿਰ ਦੁਪਹਿਰ ਤੱਕ ਧੁੱਪ ਤਿੱਖੀ ਹੋ ਜਾਂਦੀ ਹੈ ਫਿਰ ਸ਼ਾਮ ਨੂੰ ਹੌਲੀ-ਹੌਲੀ ਹੀ ਰਾਤ ਹੁੰਦੀ ਹੈ ਪਰ ਜਦੋਂ ਇੱਕਦਮ ਹੁੰਦੀ ਹੈ ਤਾਂ ਸੱਚਮੁੱਚ ਇਤਿਹਾਸਿਕ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੁ ਨੇ ਕਿਹਾ ਕਿ ਇਜ਼ਰਾਈਲ ਨੇ ਗਾਜ਼ਾ ਸ਼ਹਿਰ ਰਫਾ ਦੇ ਵਿੱਚ ਯੋਜਨਾਬੱਧ ਫੌਜੀ ਕਾਰਵਾਈ ਲਈ ਤਰੀਕ ਤੈਅ ਕਰ ਦਿੱਤੀ ਹੈ ਅਤੇ ਉਹਨਾਂ ਦੀ ਸਰਕਾਰ ਪਿਛਲੇ ਕਈ ਹਫ਼ਤਿਆਂ ਤੋਂ ਗਾਜ਼ਾ ਦੇ ਇਸ ਦੱਖਣੀ ਸ਼ਹਿਰ ਦੇ ਵਿੱਚ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਸੰਕੇਤ ਦੇ ਰਹੀ ਹੈ। ਗਾਜ਼ਾ ਵਿੱਚ ਪਿਛਲੇ 6 ਮਹੀਨਿਆਂ ਤੋਂ جاری ਇਜ਼ਰਾਈਲੀ ਬੰਬਾਰੀ ਦੇ ਵਿਚਾਲੇ 1.5 ਮਿਲੀਅਨ ਫਲਸਤੀਨੀ ਰਫਾ ਦੇ ਵਿੱਚ ਸ਼ਰਨ ਲੈ ਰਹੇ ਨੇ। ਮਿਸਰ, ਫਰਾਂਸ ਤੇ ਜਾਰਡਨ ਨੇ ਇਜ਼ਰਾਈਲ ਨੂੰ ਇਸ ਯੋਜਨਾ ਨੂੰ ਰੋਕਣ ਦੀ ਮੰਗ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਨਤੀਜੇ ਖਤਰਨਾਕ ਹੋਣਗੇ ਨਿਤਨੇਆਹੁ ਨੇ ਕਿਹਾ ਕਿ ਰਫਾਹ ਦੇ ਵਿੱਚ ਫੌਜੀ ਕਾਰਵਾਈ ਦੀ ਤਰੀਕ ਤੇ ਅੰਦਰੂਨੀ ਤੌਰ ਤੇ ਸਹਿਮਤੀ ਹੋ ਚੁੱਕੀ ਹੈ ਹਾਲਾਂਕਿ ਉਹਨਾਂ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਉਹਨਾਂ ਕਿਹਾ ਕਿ ਜਿੱਤ ਲਈ ਰਫਾਹ ਦੇ ਵਿੱਚ ਦਾਖਲਾ ਤੇ ਅਤਵਾਦੀਆਂ ਦਾ ਖਾਤਮਾ ਜ਼ਰੂਰੀ ਹੈ ਅਜਿਹਾ ਹੋਵੇਗਾ ਤੇ ਇਹਦੇ ਲਈ ਇੱਕ ਤਰੀਕ ਮਿੱਥ ਲਈ ਗਈ ਹੈ ਹਮਾਸ ਨੇ ਲੰਘੇ ਸਾਲ 7 ਅਕਤੂਬਰ ਨੂੰ ਜਦੋਂ ਇਜ਼ਰਾਈਲ ਤੇ ਹਮਲਾ ਕੀਤਾ ਸੀ ਤਾਂ ਉਹਦੇ ਵਿੱਚ 1200 ਲੋਕਾਂ ਦੀ ਜਾਨ ਚਲੀ ਗਈ ਸੀ 250 ਲੋਕਾਂ ਨੂੰ ਬੰਦਕ ਬਣਾਇਆ ਗਿਆ ਸੀ ਉਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਦੇ ਉੱਤੇ ਅਜੇੇ ਮਾਰੂ ਹਮਲੇ ਸ਼ੁਰੂ ਕਰ ਰੱਖੇ ਨੇ ਕਿ ਤੱਕ ਇਥੇ 35000 ਦੇ ਕਰੀਬ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਗਾਜ਼ਾ ਦੇ ਵਿੱਚ ਵੱਡੀ ਪੱਦਰ ਤੇ ਭੁੱਖਮਰੀ ਫੈਲੀ ਹੋਈ ਹੈ ਬੱਚੇ ਭੁੱਖ ਦੇ ਨਾਲ ਵੀ ਖਤਮ ਹੋ ਰਹੇ ਨੇ ਭਾਰਤ ਨੇ ਰਮਜ਼ਾਨ ਦੇ ਮਹੀਨੇ ਵਿੱਚ ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਨੂੰ ਸਕਾਰਾਤਮਕ ਕਦਮ ਦੱਸਦਿਆਂ ਕਿਹਾ ਕਿ ਇਜ਼ਰਾਈਲ ਹਮਾਸ ਸੰਘਰਸ਼ ਕਾਰਨ ਪੈਦਾ ਹੋਇਆ ਮਨੁੱਖੀ ਸੰਕਟ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਨਾ ਹੀ ਕੀਤਾ ਜਾਣਾ ਚਾਹੀਦਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਰੁਚਰਾ ਕੰਬੋਜ ਨੇ ਅੱਜ ਯੂਨ ਮਹਾਸਭਾ ਦੀ ਬੈਠਕ ਵਿੱਚ ਕਿਹਾ ਕਿ ਅਸੀਂ ਗਾਜ਼ਾ ਵਿੱਚ ਚੱਲ ਰਹੇ ਸੰਘਰਸ਼ ਕਾਰਨ ਬੇਹੱਦ ਚਿੰਤਾਤਾ ਮਨੁੱਖਤਾ ਸੰਕਟ ਗੰਭੀਰ ਹੋ ਗਿਆ ਹੈ ਖੇਤਰ ਅਤੇ ਇਸ ਤੋਂ ਬਾਹਰ ਅਸਥਿਰਤਾ ਵੱਧ ਰਹੀ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ। emergancy bulletin ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਧੰਨਵਾਦ